ਜੀ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 15 ਤਰੀਕ ਆ ਤੇ ਦਿਨ ਜਿਹੜਾ ਸ਼ਨੀਚਰਵਾਰ ਆ। ਜਿੰਨੇ ਵੀ ਸਾਡੇ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਜੁੱਬਾ ਸਿਟੀ, 96.5 FM ਜੁੱਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, ਨਾਲ ਦੀ ਨਾਲ 1350 AM ਬੇਕਰਸਫੀਲਡ ਤੇ 1300 AM ਫ੍ਰਿਜ਼ਨੋ, ਤੇ ਬਹੁਤ ਜਲਦੀ ਅਸੀਂ ਸਿਲਮੇ ਏਰੀਏ 'ਚ ਇੱਕ FM ਸਟੇਸ਼ਨ ਵੀ ਜਿਹੜਾ ਨੈਕਸਟ ਵੀਕ ਤੱਕ ਔਨ ਹੋਣ ਜਾ ਰਿਹਾ, ਅਤੇ ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਅਤੇ ਜਿੰਨੇ ਵੀ ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਸ ਆ, ਚਾਹੇ ਉਹ ਸਟੋਕਟਨ ਆ, ਸੈਨੋਜ਼ੇ, ਬਰਕਲੇ, ਮੋਡੈਸਟੋ ਅਤੇ ਨਾਲ ਦੀ ਨਾਲ ਟਰੇਸੀ ਅਤੇ ਮਰਸਡ, ਆਈਫੋਨ ਅਤੇ ਐਂਡਰਾਇਡਸ ਦੀ ਐਪਸ ਰਾਹੀਂ ਜਿੰਨੇ ਵੀ ਜੁੜੇ ਆ ਸਾਰਿਆਂ ਨੂੰ, ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਅੱਜ ਰਾਜਕਨਵੀਰ ਸਿੰਘ ਜੀ ਛੁੱਟੀ 'ਤੇ ਆ ਅਤੇ ਸਾਡੇ ਨਾਲ ਜੁੜੇ ਹੋਏ ਆ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਆਇਆਂ ਨੂੰ ਅਤੇ ਬਹੁਤ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਅੱਜ ਰਮਨ ਜੀ ਆਪਾਂ ਜਿਹੜਾ ਜਿਹੜੀਆਂ ਮਿਕਸ ਖਬਰਾਂ ਕਰਾਂਗੇ, ਕੁਛ ਕੁ USA 'ਚ ਕੀ ਕੁਝ ਵਾਪਰਿਆ ਅਤੇ ਨਾਲ ਦੀ ਨਾਲ ਜਿਹੜੀ ਆ ਟਰੱਕਿੰਗ ਇੰਡਸਟਰੀ ਆ ਉਹਦੇ ਬਾਰੇ ਕੀ ਕੁਝ ਜਿਹੜਾ ਵਾਪਰਿਆ ਹੈਗਾ ਆ ਉਹ ਆਪਾਂ ਡਿਸਕਸ ਕਰਾਂਗੇ। ਅਤੇ ਅੱਜ ਦੀਆਂ ਜਿਹੜੀਆਂ ਜੇ ਮੇਨ ਖਬਰਾਂ ਵੱਲ ਆਈਏ, ਸਭ ਤੋਂ ਪਹਿਲੀ ਖਬਰ ਇਹ ਆ ਵੀ ਰਾਇਨ ਜ਼ਿੰਕ ਜਿਹੜੇ ਹੈਗੇ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਐਨਵਾਇਰਮੈਂਟਲ ਸੈਕਟਰੀ ਸੀਗੇ, ਉਹ ਜਿਹੜੇ ਆ ਰਿਜ਼ਾਈਨ ਕਰਨ ਜਾ ਰਹੇ ਹੈਗੇ ਆ। ਹੋਪਫੁਲੀ ਕਹਿੰਦੇ ਵੀ ਇਸ ਜਿਹੜਾ ਸਾਲ ਦੇ ਐਂਡ ਤੱਕ ਜਿਹੜੇ ਉਹ ਇਹਨੂੰ ਛੱਡ ਜਾਣਗੇ। ਸੋ ਇਸ ਸਾਲ ਪ੍ਰੈਜੀਡੈਂਟ ਜਿਹੜੇ ਡੋਨਲਡ ਟਰੰਪ ਆ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਛੱਡ ਗਏ, ਚਾਹੇ ਉਹ ਅਟੋਰਨੀ ਜਨਰਲ ਸੀ ਜੀ, ਚਾਹੇ ਉਹ ਉਹਨਾਂ ਦੇ ਚੀਫ ਜਿਹੜੇ ਹਾਊਸ ਆਫ ਸਟਾਫ ਸੀਗੇ, ਹੋਰ ਵੀ ਜਿਹੜੇ ਚਾਹੇ ਉਹ UN ਦੇ ਸੈਕਟਰੀ ਜਿਹੜੀ ਹੈਲੀ ਸੀਗੀ, ਅਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿਹੜਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਸ ਵੇਲੇ ਜੋ ਵੀ ਕੁਛ ਚੱਲ ਰਿਹਾ ਹੈਗਾ ਉਹਦੇ ਦੇਖਣ ਦੇ ਮੁਤਾਬਿਕ ਤਾਂ ਇਹੋ ਹੀ ਆ ਰਿਹਾ ਕਿ ਜਿਹੜੇ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਦੇ ਬੰਦੇ ਕਾਫੀ ਛੱਡ ਕੇ ਜਾ ਰਹੇ ਆ, ਔਰ ਕਾਫੀਆਂ ਨੂੰ ਜਿਹੜੀ ਉਹਨਾਂ ਦੀ ਰਿਪਲੇਸਮੈਂਟ ਆਫਰ ਕਰ ਰਹੇ ਆ ਉਹ ਵੀ ਕਾਫੀ ਜਿਹੜੇ ਬੰਦੇ ਹੈਗੇ ਉਹ ਡਿਨਾਈ ਕਰੀ ਜਾ ਰਹੇ ਆ, ਕਿਉਂਕਿ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਆ ਕਾਫੀ ਵੋਲਾਟਾਈਲ ਹੈਗੀ ਆ ਬਿਕੋਜ਼ ਆਫ ਆਪਣੇ ਪ੍ਰੈਜ਼ੀਡੈਂਟ ਸਾਹਿਬ ਦੇ ਵੀ ਜਿਹੜੇ ਡਿਸੀਜਨਸ ਹੈਗੇ ਆ ਕਈ ਵਾਰੀ, ਕਿਉਂਕਿ ਇਹ ਪੋਲੀਟਿਕਸ ਹੈਗੀ ਆ, ਇਹਦੇ ਵਿੱਚ ਹਰ ਇੱਕ ਚੀਜ਼ ਜਿਹੜੀ ਆ ਉਹ ਪ੍ਰੀ ਡਿਟਰਮਿਨ ਹੁੰਦੀ ਆ, ਪਹਿਲਾਂ ਡਿਸਾਈਡ ਹੁੰਦੀ ਆ ਬੰਦ ਕਮਰੇ 'ਚ, ਫਿਰ ਉਹ ਬਾਅਦ 'ਚ ਅਨਾਊਂਸ ਹੁੰਦੀ ਆ, ਅਤੇ ਮੇਰੇ ਖਿਆਲ 'ਚ ਸ਼ਾਇਦ ਜਿਹੜਾ ਉਹ ਵਰਤੀਰਾ ਥੋੜ੍ਹਾ ਜਿਹਾ ਨਹੀਂ, ਉਹ ਰੈਗੂਲਰ ਪੋਲੀਟਿਕਸ ਨਹੀਂ ਹੋ ਰਹੀ, ਇਸ ਕਰਕੇ ਜਿਹੜੇ ਪੋਲੀਟੀਸ਼ੀਅਨ ਹੈਗੇ ਆ ਜਿਹੜੇ ਐਡਮਿਨਿਸਟ੍ਰੇਸ਼ਨ 'ਚ ਕੰਮ ਕਰਨ ਵਾਲੇ ਹੈਗੇ ਆ ਉਹਨਾਂ ਨੂੰ ਥੋੜ੍ਹਾ ਜਿਹਾ ਇਹ ਹੁੰਦਾ ਕਿ ਯੂਨੋ ਕਿ ਕਿਸੇ ਨੂੰ ਪਹਿਲਾਂ ਕੰਸਲਟ ਕੀਤਾ ਜਾਂਦਾ, ਨਹੀਂ ਕੀਤਾ ਜਾਂਦਾ, ਕਿਵੇਂ ਹੁੰਦਾ ਕਿਵੇਂ ਨਹੀਂ, ਬਿਕੋਜ਼ ਜਿਹੜੇ ਟਵੀਟ ਵਗੈਰਾ ਹੋ ਜਾਂਦੇ ਆ ਉਹਦੇ ਨਾਲ ਜਿਹੜੀ ਆ ਸਿਚੁਏਸ਼ਨ ਜਿਹੜੀ ਆ ਉਹ ਬਿਲਕੁਲ ਹੱਥੋਂ ਬਾਹਰ ਨਿਕਲ ਜਾਂਦੀ ਆ। ਸੋ ਕਾਫੀ ਜਿਹੜਾ ਇਸ ਵੇਲੇ ਇਸ ਸਾਲ ਦੇ ਵਿੱਚ ਕਾਫੀ ਇਹ ਚੀਜ਼ਾਂ ਦੇਖਣ ਨੂੰ ਮਿਲਣੀਆਂ, ਸੋ ਹੋਪਫੁਲੀ ਕੁਛ ਚੰਗੇ ਬੰਦੇ ਅੱਗੇ ਆਉਣਗੇ, ਮੀਡੀਆ ਵਿੱਚ ਵੀ ਸ਼ੋਅ ਕੀਤਾ ਜਾਂਦਾ ਆ ਵੀ ਉਹ ਬਹੁਤ ਅੜਬ ਸੁਭਾਅ ਦੇ ਆ। ਸੋ ਇਹ ਗੱਲ ਪੂਰੇ ਅਮਰੀਕਾ ਦੇ ਜਿਹੜੇ ਲੋਕ ਆ ਹੁਣ ਉਹਨਾਂ ਨੂੰ ਪਤਾ ਲੱਗ ਗਿਆ, 2 ਸਾਲ ਇਸ ਐਡਮਿਨਿਸਟ੍ਰੇਸ਼ਨ ਨੂੰ ਚੱਲਦੇ ਨੂੰ ਹੋ ਗਿਆ ਵੀ ਉਹ ਪੋਲੀਟੀਸ਼ੀਅਨ ਹੈ ਨਹੀਂ, ਕਿਉਂਕਿ ਪਹਿਲਾਂ ਤੋਂ ਹੀ ਉਹ ਬਿਜ਼ਨਸ ਦੇ ਵਿੱਚ ਸੀ, ਪਰ ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਚਲਾਉਣ ਦਾ ਤਰੀਕਾ ਜਿਹੜਾ ਡਿਫਰੈਂਟ ਹੈਗਾ ਅਤੇ ਬਹੁਤ ਸਾਰੇ ਜਿਹੜੇ ਕੰਮ ਆ ਉਹ ਹੋਏ ਵੀ ਜਿੱਦਾਂ ਦੇ ਉਹਨਾਂ ਨੇ ਸਖ਼ਤ ਸਟੈਂਡ ਰਹੇ ਆ ਪਿਛਲੇ ਐਡਮਿਨਿਸਟ੍ਰੇਸ਼ਨਾਂ ਦੇ ਵਿੱਚ, ਉੱਦਾਂ ਦੇ ਸਖ਼ਤ ਸਟੈਂਡ, ਖਾਸ ਕਰਕੇ ਜਿਹੜਾ ਚਾਈਨਾ ਦੇ ਉੱਤੇ ਟੈਰਫ ਵਾਲਾ, ਇੱਦਾਂ ਦਾ ਕੋਈ ਲੈ ਨਹੀਂ ਸਕਿਆ। ਈਵਨ ਜਿਹੜੇ ਡੈਮੋਕਰੇਟਸ ਆ ਉਹ ਵੀ ਜਿਹੜੇ ਆ ਟੋਟਲੀ ਐਗਰੀ ਕਰਦੇ ਹੈਗੇ ਪ੍ਰੈਜੀਡੈਂਟ ਡੋਨਲਡ ਟਰੰਪ ਦੇ ਨਾਲ ਚਾਈਨਾ ਦੇ ਟੈਰਫ 'ਤੇ। ਇਸੇ ਤਰ੍ਹਾਂ ਜਿਹੜਾ ਹੁਣ ਜੇਲ੍ਹ ਰਿਫੋਰਮਸ ਦਾ ਜਿਹੜਾ ਇਸ਼ੂ ਹੈਗਾ ਆ, ਦੇਖੋ ਉਹਦੇ ਵਿੱਚ ਕੀ ਸੀ ਵੀ ਬਹੁਤ ਸਾਰੇ ਅਫਰੀਕਨ ਮੂਲ ਦੇ ਲੋਕ ਜਿਹੜੇ ਆ ਉਹ ਜੇਲ੍ਹਾਂ ਦੇ ਵਿੱਚ ਹੈਗੇ ਆ, ਅਤੇ ਪਿਛਲੇ 40 ਸਾਲਾਂ ਤੋਂ ਜਿਹੜੀਆਂ ਜੇਲ੍ਹਾਂ ਦਾ ਜਿਹੜਾ ਰਿਫੋਰਮ ਐਕਟ ਉਹ ਕਿਸੇ ਤਰ੍ਹਾਂ ਦੀ ਕੋਈ ਉਹਦੇ 'ਚ ਚੇਂਜਸ ਨਹੀਂ ਆਈਆਂ, ਅਤੇ ਹੁਣ ਉਹ ਲੈ ਕੇ ਆ ਰਿਹਾ ਜਿਹਦੇ ਨਾਲ ਅਫਰੀਕਨ ਅਮੈਰੀਕਨ ਮੂਲ ਦੇ ਜਿਹੜੇ ਲੋਕ ਆ, ਖਾਸ ਕਰਕੇ ਜਿਹੜੇ ਉਹਨਾਂ ਦੇ ਲੀਡਰ ਆ, ਉਹ ਕਾਫੀ ਖੁਸ਼ ਆ।
ਉਹ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਕਾਲੇ ਮੂਲ ਦੇ ਲੋਕ ਆ ਉਹਨਾਂ ਨੂੰ ਛੋਟੇ ਛੋਟੇ ਕ੍ਰਾਈਮਾਂ ਦੇ ਵਿੱਚ, ਛੋਟਾ ਮਰਵਾਨਾ ਪੁਜੈਸ਼ਨ ਜਾਂ ਨਿੱਕਾ ਨਿੱਕਾ ਜਿਹੜਾ ਆ, ਜਿੱਦਾਂ ਜਿਹੜੇ ਸੜਕਾਂ ਦੇ ਉੱਤੇ ਆਪ ਯੂਜ਼ ਕਰਦੇ ਦਾ, ਛੋਟੇ ਛੋਟੇ ਜਿਹੜੇ ਆਪਾਂ ਕਹਿ ਸਕਦੇ ਡੀਲਰ, ਉਹਨਾਂ ਨੂੰ ਅੰਦਰ ਕੀਤਾ ਆ ਕਿੰਨੇ ਕਿੰਨੇ ਸਾਲਾਂ ਤੋਂ। ਸੋ ਜਿਹੜਾ ਨਵਾਂ ਜਿਹੜਾ ਇਹ ਅਮੈਂਡਮੈਂਟ ਲੈ ਕੇ ਆ ਰਹੇ ਆ ਜੇਲ੍ਹ ਰਿਫੋਰਮਸ ਦੇ ਵਿੱਚ, ਉਹਦੇ ਵਿੱਚ ਜਿਹੜੇ ਆ ਉਹ ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਵੀ ਉਹਨਾਂ ਦੀ ਰੀਹੈਬਲੀਏਸ਼ਨ ਕੀਤੀ ਜਾਵੇ ਤਾਂ ਕਿ ਉਹ ਬਾਅਦ ਦੇ ਵਿੱਚ ਇੱਥੇ ਆ ਕੇ ਬਾਹਰ ਜਿਹੜੀ ਸਿਵਲ ਸੁਸਾਇਟੀ ਦੇ ਵਿੱਚ ਆਪਣੀ ਜੌਬਸ ਲੱਭ ਸਕਣ ਅਤੇ ਜਿਹੜੀਆਂ ਨਾਲੇ ਜੇਲ੍ਹਾਂ ਦਾ ਜਿਹੜਾ ਖਰਚਾ ਘੱਟ ਸਕੇ। ਬਿਲਕੁਲ ਜੀ ਬਿਲਕੁਲ, ਇਹ ਜੀ ਕਾਫੀ ਵਧੀਆ ਹੈਗਾ, ਕਿਉਂਕਿ ਇਸ ਵੇਲੇ ਜਿਵੇਂ ਕਿ ਕੈਲੀਫੋਰਨੀਆ ਦੇ ਵਿੱਚ ਵੀ ਜਿਹੜਾ ਥ੍ਰੀ ਸਟ੍ਰਾਈਕਸ ਵਾਲਾ ਲਾਅ ਹੈਗਾ, ਉਹਦੇ ਵਿੱਚ ਕਈ ਵਾਰੀ ਬਹੁਤ ਛੋਟੇ ਜੁਰਮ ਦੇ ਉੱਤੇ ਜਿਹੜੀ ਫੈਲਨੀ ਹੋ ਜਾਂਦੀ ਹੈ ਤੇ ਬੰਦਾ ਲਾਈਫ ਇਮਪ੍ਰਿਜ਼ਨਮੈਂਟ 'ਚ ਰਹਿੰਦਾ ਹੈ। ਤੇ ਚਲੋ, ਗਲਤੀ ਤਾਂ ਗਲਤੀ ਆ, ਪਰ ਇਹ ਜੀ ਹੈ ਕਿ ਕਈ ਵਾਰੀ ਇਹ ਚੀਜ਼ਾਂ ਜਿਹੜੀਆਂ ਆ ਇਹਨਾਂ ਨਾਲ ਜਿਹੜੀਆਂ ਪ੍ਰਿਜ਼ਨਸ ਹੈਗੀਆਂ ਓਵਰਫਲੋ ਹੋ ਚੁੱਕੀਆਂ ਬਹੁਤ ਜ਼ਿਆਦੀਆਂ, ਔਰ ਜਿਹੜਾ ਸਿਸਟਮ ਹੈਗਾ ਆ ਉਹ ਮੈਨੀਪੁਲੇਟ ਹੋ ਚੁੱਕਾ ਹੈ, ਔਰ ਮਤਲਬ ਕਿ ਬਿਲਕੁਲ ਖਰਾਬ ਹੋ ਚੁੱਕਾ। ਵੀ ਜਿਹੜੇ ਹੁਣ ਕਈ ਵਾਰੀ ਅਸੀਂ ਪ੍ਰਿਜ਼ਨਾਂ ਦੇ ਵਿੱਚ ਵੀ ਨਿਊਜ਼ ਸੁਣਦੇ ਹੁੰਦੇ ਆ ਬਈ ਓਵਰਫਲੋ ਕਰਕੇ ਅੱਜ ਉਹਨਾਂ ਨੇ ਜਿਹੜੇ ਇੰਨੇ ਜਿਹੜੇ ਕਨਵਰਟ ਸੀਗੇ, ਇੰਨੇ ਜਿਹੜੇ ਕਹਿੰਦੀ ਸੀ ਉਹ ਉਹਨਾਂ ਨੂੰ ਰਿਹਾ ਕਰਨੇ ਪਏ, ਛੱਡਣੇ ਪਏ। ਸੋ ਇਹ ਸਿਸਟਮ ਦੇ ਵਿੱਚ ਆ ਕਿ ਕੋਈ ਜਿਹੜਾ ਮਾਮੂਲੀ ਜੀ ਗਲਤੀ ਕਰਕੇ ਅੰਦਰ ਬੈਠਾ ਤੇ ਕੋਈ ਜਿਹੜਾ ਵੱਡੀ ਗਲਤੀ ਵਾਲਾ ਉਹ ਛੱਡ ਦਿੰਦੇ ਆ। ਸੋ ਪੁਲਿਸ ਵਾਲੇ ਵੀ ਇਸ ਮਾਮਲੇ ਦੇ ਵਿੱਚ ਕਾਫੀ ਜਿਹੜੇ ਨਾਰਾਜ਼ ਰਹਿੰਦੇ ਵੀ ਅਸੀਂ ਆਪਣੀ ਜਾਨਾਂ ਤੇ ਖੇਲ ਕੇ ਅਸੀਂ ਬੰਦੇ ਫੜਦੇ ਆ ਤੇ ਮੁੜ ਕੇ ਇਦਾਂ ਪ੍ਰਿਜ਼ਨ ਚ ਛੁੱਟ ਜਾਂਦੇ ਆ ਕਿਉਂਕਿ ਓਵਰਫਲੋ ਹੈਗਾ। ਸੋ ਇਹ ਜਿਹੜਾ ਸਿਸਟਮ ਹੈਗਾ ਡੈਫੀਨੇਟਲੀ ਠੀਕ ਹੋਣ ਵਾਲਾ ਆ। ਸੋ ਚਲੋ ਦੇਖਦੇ ਹਾਂ ਆਉਣ ਵਾਲੇ ਜੀ ਸਮੇਂ ਦੇ ਵਿੱਚ ਜਿਹੜੀ ਵੀ ਚੀਜ਼ ਲੈ ਕੇ ਆਉਂਦੇ ਆ ਹੋਪਫੁਲੀ ਉਹ ਵਧੀਆ ਵਾਸਤੇ ਕੰਮ ਕਰੇਗੀ। ਜੀ ਬਿਲਕੁਲ। ਸੋ ਜਿਹੜੀ ਅਗਲੀ ਖਬਰ ਹੈਗੀ ਆ ਉਹ ਓਬਾਮਾ ਕੇਅਰ ਦੇ ਨਾਲ ਰਿਲੇਟਡ ਆ, ਈਵਨ ਦੋ ਅੱਜ ਜਿਹੜੀ ਲਾਸਟ ਡੇਟ ਆ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਜਾਂ ਹੈਲਥ ਇੰਸ਼ੋਰੈਂਸ ਅਪਲਾਈ ਕਰਨ ਦੀ, ਅਤੇ ਉਹਦੇ ਸੰਬੰਧ ਦੇ ਵਿੱਚ ਇੱਕ ਟੈਕਸਸ ਦਾ ਜਿਹੜਾ ਜੱਜ ਆ ਉਸ ਨੇ ਜਿਹੜਾ ਕਿਹਾ ਆ ਵੀ ਇਹ ਜਿਹੜਾ ਅਫੋਰਡੇਬਲ ਕੇਅਰ ਐਕਟ ਸੀਗਾ ਇਹ ਅਨਕੋਨਸਟੀਟਿਊਸ਼ਨਲ ਆ। ਸੋ ਬਹੁਤ ਸਾਰੀਆਂ ਜਿਹੜੀਆਂ ਸਟੇਟਾਂ ਆ ਉਹਨਾਂ ਨੇ ਸੂ ਕੀਤਾ ਹੋਇਆ ਸੀ, ਉਹ ਐਗਰੀ ਨਹੀਂ ਜੀ ਕਰਦੇ ਸੀ ਓਬਾਮਾ ਕੇਅਰ ਦੇ ਨਾਲ, ਪਰ ਕੈਲੀਫੋਰਨੀਆ ਦੇ ਵਿੱਚ ਡਿਫਰੈਂਟ ਸੀ। ਕੈਲੀਫੋਰਨੀਆ ਵਾਲਿਆਂ ਦੀ ਜਿਹੜੀ ਡੇਟ ਆ ਉਹ ਜਨਵਰੀ 15 ਹੈਗੀ ਅਪਲਾਈ ਕਰਨ ਦੀ। ਸੋ ਹੋਰ ਵੀ ਕਈ ਸਟੇਟਾਂ ਜਿਨ੍ਹਾਂ ਦੀ ਜਨਵਰੀ 15 ਆ, ਪਰ ਲਗਭਗ ਹਾਫ ਦੇ ਸਟੇਟਸ ਜਿਹੜੀਆਂ ਆ USA ਦੀਆਂ ਉਹਨਾਂ ਦੀ ਅੱਜ ਲਾਸਟ ਡੇਟ ਆ। ਸੋ ਬਿਲਕੁਲ ਐਨ ਫਰਾਈਡੇ ਨੂੰ ਇਹ ਡਿਸੀਜਨ ਜਿਹੜਾ ਆ ਟੈਕਸਸ ਦੇ ਇੱਕ ਜਿਹੜਾ ਜੱਜ ਆ ਉਹਨੂੰ ਦਿੱਤਾ ਵੀ ਇਹ ਅਨਕੋਨਸਟੀਟਿਊਸ਼ਨਲ ਹੈਗਾ ਆ, ਵੀ ਕਿਸ ਤਰ੍ਹਾਂ ਤੁਸੀਂ ਫੋਰਸ ਨਹੀਂ ਕਰ ਸਕਦੇ ਲੋਕਾਂ ਨੂੰ ਵੀ ਹੈਲਥ ਇੰਸ਼ੋਰੈਂਸ ਲਓ। ਸੋ ਉਹਦੇ ਸੰਬੰਧ ਦੇ ਵਿੱਚ ਜਿਹੜੇ ਪ੍ਰੈਜੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਇਹ ਕਿਹਾ ਆ ਵੀ ਦੇਖੋ ਹੁਣ ਜੱਜ ਨੇ ਕਿਹਾ ਆ ਵੀ ਹੁਣ ਕਾਂਗਰਸ ਨੂੰ ਇਹਦੇ 'ਤੇ ਵਰਕਆਊਟ ਕਰਨਾ ਚਾਹੀਦਾ ਅਤੇ ਇਹਦਾ ਜਿਹੜਾ ਆਲਟਰਨੇਟਿਵ ਆ ਉਹ ਲੱਭਣਾ ਚਾਹੀਦਾ ਹੈਗਾ। ਅਤੇ ਹੁਣ ਡੈਮੋਕ੍ਰੇਟਸ ਵੀ ਦੇਖਦੇ ਆ, ਕਿਉਂਕਿ ਪਿਛਲੇ ਸਮਿਆਂ 'ਚ ਆਪਾਂ ਦੇਖੇ ਆ ਬਹੁਤ ਸਾਰੇ ਜਿਹੜੇ ਜੱਜ ਸੀਗੇ ਜਿਨ੍ਹਾਂ ਨੇ ਪ੍ਰੈਜੀਡੈਂਟ ਡੋਨਲਡ ਟਰੰਪ ਦੇ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਜਿੰਨੇ ਵੀ ਉਹ ਉਹਨਾਂ ਦੇ ਕੰਮ ਕਰ ਰਹੇ ਸੀ ਵੀ ਜੀ ਇਹ ਇੱਥੇ ਅਸੀਂ ਬੈਨ ਲਾਉਣਾ ਆ, ਜਾਂ ਜਿਹੜਾ ਪੋਲੀਟੀਕਲ ਸਾਈਲਮ ਵਾਲਾ ਕੇਸ ਸੀ ਵੀ ਜਦੋਂ ਤੁਸੀਂ USA 'ਚ ਐਂਟਰ ਹੋ ਗਿਆ ਫਿਰ ਨਹੀਂ ਅਪਲਾਈ ਕਰ ਸਕਦੇ, ਉਹਨਾਂ ਨੂੰ ਟਰਨ ਡਾਊਨ ਕੀਤਾ ਸੀ। ਅਤੇ ਹੁਣ ਜਿਹੜਾ ਜੱਜ ਆ ਉਸਨੇ ਇਹ ਓਬਾਮਾ ਕੇਅਰ ਨੂੰ ਟਰਨ ਡਾਊਨ ਕੀਤਾ, ਅਤੇ ਹੁਣ ਦੇ ਉਸ ਟਾਈਮ ਦੇ ਉੱਤੇ ਜਿਹੜੇ ਟਰੰਪ ਪ੍ਰੈਜੀਡੈਂਟ ਟਰੰਪ ਸੀ ਉਹਨਾਂ ਨੇ ਕਾਫੀ ਕ੍ਰਿਟੀਸਾਈਜ਼ ਕੀਤਾ ਸੀ ਜੱਜਾਂ ਨੂੰ, ਅਤੇ ਜਿਹੜੇ ਡੈਮੋਕ੍ਰੇਟ ਸੀ ਉਹ ਓਪਨਲੀ ਜੱਜਾਂ ਦੇ ਹੱਕ 'ਚ ਆਏ ਸੀ ਵੀ ਨਹੀਂ ਪ੍ਰੈਜੀਡੈਂਟ ਟਰੰਪ ਨੂੰ ਇਸ ਤਰ੍ਹਾਂ ਨਹੀਂ ਕਰਨਾ ਕਹਿਣਾ ਚਾਹੀਦਾ। ਹੁਣ ਦੇਖਦੇ ਹਾਂ ਵੀ ਜਿਹੜੇ ਡੈਮੋਕ੍ਰੇਟਸ ਆ ਉਹ ਇਹਦੇ ਬਾਰੇ ਜਿਹੜੇ ਜੱਜ ਦੇ ਬਾਰੇ ਕੀ ਬੋਲਦੇ ਆ, ਪਰ ਉਹਨਾਂ ਵੱਲੋਂ ਸਟੇਟਮੈਂਟਸ ਬਹੁਤ ਆਈਆਂ ਵੀ ਦੇਖੋ ਜੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਜਿਹੜੀ ਆ ਇਹ ਬਹੁਤ ਵਧੀਆ ਚੀਜ਼ ਸੀ, ਅਤੇ ਉਹਦੇ ਹੱਕ ਦੇ ਵਿੱਚ ਪਹਿਲਾਂ ਹੀ ਪ੍ਰੈਜੀਡੈਂਟ ਜਿਹੜੇ ਡੋਨਲਡ ਟਰੰਪ ਉਹ ਕਹਿ ਚੁੱਕੇ ਆ ਵੀ ਜਿਹੜਾ ਵੀ ਕੋਈ ਨਵਾਂ ਲਾਅ ਬਣਨਾ ਚਾਹੀਦਾ ਆ ਉਹਦੇ ਵਿੱਚ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਜਿਹੜੀ ਆ ਉਹ ਇਨਕਲੂਡ ਹੋਣੀ ਚਾਹੀਦੀ ਆ। ਜੀ 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 ਇਹਦੇ ਵਿੱਚ ਤਾਂ ਦੇਖੋ ਜੀ, ਇਹ ਜਿਹੜਾ ਓਬਾਮਾ ਕੇਅਰ ਦਾ ਹੈ, ਚਲੋ ਠੀਕ ਹੈ, ਯੂ ਨੋ ਹੁਣ ਕੋਈ ਵੀ ਜਿਹੜੀ ਰਿਫੋਰਮ ਆਉਂਦਾ ਆ, ਰਿਫੋਰਮ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਵੀ 100% ਹਰੀ ਸਾਰੀਆਂ ਚੀਜ਼ਾਂ ਠੀਕ ਹੋਣ। ਜੀ ਕਈ ਵਾਰੀ ਉਹਦੇ ਵਿੱਚ ਕੋਈ ਫਲੋਜ਼ ਵੀ ਹੁੰਦੇ ਆ, ਕੋਈ ਚੀਜ਼ਾਂ ਗਲਤ ਵੀ ਹੁੰਦੀਆਂ, ਪਰ ਮੈਜੋਰਟੀ ਚੀਜ਼ਾਂ ਠੀਕ ਵੀ ਹੁੰਦੀਆਂ। ਜੀ ਤੇ ਸੋ ਜੇ ਉਹਨੂੰ ਗਾਂ ਫਿਊਚਰ ਵਾਸਤੇ ਹੋਰ ਥੋੜਾ ਰਿਫੋਰਮ ਕਰਨਾ ਹੈ ਤੇ ਡੈਫੀਨੇਟਲੀ ਜਿਹੜੀਆਂ ਚੰਗੀਆਂ ਚੀਜ਼ਾਂ ਹੈਗੀਆਂ ਉਹ ਜ਼ਰੂਰ ਉਹਦੇ ਚੋਂ ਲੈਣੀਆਂ ਚਾਹੀਦੀਆਂ, ਤੇ ਜਿਹੜੀਆਂ ਚੀਜ਼ਾਂ ਚੇਂਜ ਹੋਣ ਵਾਲੀਆਂ ਉਹਨੂੰ ਡੈਫੀਨੇਟਲੀ ਪ੍ਰਪੋਜ਼ ਕਰਨਾ ਚਾਹੀਦਾ। ਪਰ ਪ੍ਰਪੋਜ਼ਲ ਜਾਂ ਸਾਰਾ ਕੁਝ ਜਿਹੜਾ ਆ ਉਹ ਡੈਫੀਨੇਟਲੀ ਓਪਨ ਨਹੀਂ ਹੈਗਾ ਅਜੇ ਕੁਝ ਵੀ, ਪਰ ਗੱਲ ਇਹ ਹੈ ਕਿ ਜਿਹੜੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਵਾਲੀ ਤੁਸੀਂ ਗੱਲ ਕੀਤੀ ਹੈ ਉਹ ਬਿਲਕੁਲ ਇੱਕ ਬੜਾ ਵੱਡਾ ਮੁੱਦਾ ਹੈਗਾ, ਕਿਉਂਕਿ ਬਹੁਤ ਜਿਹੜੇ ਪਰਿਵਾਰਾਂ ਦੇ ਵਿੱਚ ਜਿਹੜੀਆਂ ਪ੍ਰੀ ਐਗਜ਼ਿਸਟਿੰਗ ਪ੍ਰੋਬਲਮਸ ਹੈਗੀਆਂ ਬੱਚਿਆਂ ਨੂੰ ਵੱਡਿਆਂ ਨੂੰ, ਸੋ ਉਹ ਕਾਫੀ ਵੱਡਾ ਮੁੱਦਾ ਸੀਗਾ ਪਹਿਲਾਂ ਕਿ
ਤੇ ਜਦੋਂ ਉਹਨੂੰ ਇੰਸ਼ੋਰੈਂਸ ਲੈਣ ਜਾਂਦੇ ਸੀ ਤੇ ਉਹ ਬਿਲਕੁਲ ਬੇਸਿਕਲੀ ਰੇਟ ਹੀ ਇੰਨਾ ਹੁੰਦਾ ਸੀ ਵੀ ਬੰਦੇ ਨੂੰ ਐਕਸੈਪਟ ਹੀ ਨਹੀਂ ਸੀ ਹੁੰਦੀ। ਜੀ, ਜਾਂ ਬਿਲਕੁਲ ਉਹ ਤੇ ਪ੍ਰੋਵਾਈਡ ਹੀ ਨਹੀਂ ਕਰਦੇ ਸੀ, ਈਵਨ ਦੋ ਚਾਹੇ ਤੁਹਾਡੇ ਕੋਲ ਛੋਟੀ ਮੋਟੀ ਜਿਹੜੀ ਹਾਂਜੀ ਡਾਇਬਿਟਿਕ ਵੀ ਆ, ਤੇ ਮੇਰੇ ਖਿਆਲ ਨਾਲ ਮੋਰ ਦੈਨ 50% ਪੋਪੂਲੇਸ਼ਨ ਤਾਂ ਡਾਇਬਿਟਿਕ ਹੈਗੀ ਆ, ਖਾਸ ਹਾਂਜੀ ਕਰਕੇ ਜਿਹੜੀ ਏਸ਼ੀਅਨ ਕਮਿਊਨਿਟੀ ਆਪਾਂ ਦੇਖਦੇ ਹੈਗੇ ਆ। ਜੀ ਜੀ ਸੋ ਜੀ ਕਹਿੰਦੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਟਰਾਈ ਤਾਂ ਬਹੁਤ ਕੀਤੀ ਓਬਾਮਾ ਕੇਅਰ ਨੂੰ ਰਿਪੀਲ ਕਰਨ ਦੀ, ਤੇ ਪਰ ਜਿਸ ਤਰ੍ਹਾਂ ਦੇ ਉਹਨਾਂ ਨੇ ਐਕਸ਼ਨ ਲਏ ਇਸ ਸਾਲ ਜਿਹੜੀ ਆ ਇਹਦੇ ਵਿੱਚ ਐਨਰੋਲਮੈਂਟ ਆਲਰੇਡੀ ਕਾਫੀ ਘਟ ਗਈ ਹੈਗੀ ਆ, ਲਗਭਗ 11.7% ਜਿਹੜੀ ਘਟੀ ਹੈਗੀ ਆ। ਜੀ ਤੇ ਦੂਸਰੇ ਪਾਸੇ ਜਿਹੜਾ ਕਹਿੰਦੇ ਐਡਵਰਟਾਈਜ਼ਮੈਂਟ ਦਾ $100 million ਦੇ ਕਰੀਬ ਉਹ ਕਰਦੇ ਹੁੰਦੇ ਸੀ, ਤੇ ਹੁਣ ਉਹਨੂੰ ਘਟਾ ਕੇ $10 million ਕਰ ਦਿੱਤਾ ਗਿਆ। ਤੇ ਉਹਦੇ ਵਿੱਚ ਵੀ ਕਿ ਉਹ ਰਮਨ ਜੀ ਗੱਲ ਕੀ ਹੁੰਦੀ ਆ ਵੀ ਜਦੋਂ ਕੋਈ ਵੀ ਜਿਹੜਾ ਕੰਮ ਆ ਉਹ ਗਵਰਨਮੈਂਟ ਦੇ ਕੋਲ ਦੇ ਦਿੱਤਾ ਜਾਵੇ ਤੇ ਉਹਦੇ ਵਿੱਚ ਮਿਸਮੈਨੇਜਮੈਂਟ ਬਹੁਤ ਜ਼ਿਆਦਾ ਹੁੰਦੀ ਆ, ਕੋਈ ਰਿਸਪੋਂਸੀਬਲ ਨਹੀਂ ਹੁੰਦਾ ਹੈਗਾ। ਤੇ ਪਿਛਲੇ ਸਮਿਆਂ 'ਚ ਤੁਸੀਂ ਦੇਖ ਲਓ ਜੇ $100 million ਐਡਵਰਟਾਈਜ਼ਮੈਂਟ 'ਤੇ ਖਰਚ ਕੀਤਾ, ਤੇ ਅਸੀਂ ਵੀ ਪੰਜਾਬੀ ਰੇਡੀਓ USA ਨੂੰ ਬਹੁਤ ਟਰਾਈ ਕੀਤੀ ਸੀ ਉਹ ਐਡਵਰਟਾਈਜ਼ਮੈਂਟਸ ਲੈਣ ਦੀ, ਕਿੰਨੀ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਰਹਿੰਦੇ ਆ। ਉਹਨਾਂ ਨੇ ਕਿਸੇ ਵੀ ਜਿਹੜਾ ਆ ਇੰਡੀਅਨ ਜਾਂ ਪੰਜਾਬੀ ਮੂਲ ਦਾ ਕੋਈ ਵੀ ਮੀਡੀਆ ਸੀ, ਚਾਹੇ ਉਹ ਪ੍ਰਿੰਟ ਮੀਡੀਆ ਸੀ, ਚਾਹੇ ਉਹ ਰੇਡੀਓ ਸੀ, ਚਾਹੇ TV ਸੀ, ਕਿਸੇ 'ਚ ਵੀ ਐਡ ਨਹੀਂ ਦਿੱਤੀ ਕਵਰਡ ਕੈਲੀਫੋਰਨੀਆ ਨੇ। ਇਹ ਜਿਹੜਾ ਸਾਡੇ ਕੋਲ ਮੇਰੇ ਖਿਆਲ ਨਾਲ ਹੰਡਰਡਸ ਆਫ ਈਮੇਲ ਜਿਹੜੀਆਂ ਸਟੋਰਡ ਹੈਗੀਆਂ, ਸੋ ਉਹ ਮਿਸਮੈਨੇਜ ਬਹੁਤ ਜ਼ਿਆਦਾ ਜਿਹੜੀ ਹੁੰਦੀ ਹੈਗੀ ਆ। ਸੋ ਹੁਣ ਦੇਖਦੇ ਹਾਂ ਵੀ ਇਹ ਜਿਹੜੀ ਉੱਥੇ ਦੇ ਜੱਜ ਨੇ ਜਿਹੜਾ ਟਰਨ ਡਾਊਨ ਕਰਤਾ, ਹੁਣ ਇਹ ਉੱਪਰਲੀ ਕੋਰਟ ਜਾਏਗਾ, ਅਲਟੀਮੇਟਲੀ ਜਿਹੜਾ ਆ ਇਹ US ਸੁਪਰੀਮ ਕੋਰਟ ਦੇ ਵਿੱਚ ਜਿਹੜਾ ਆ ਓਬਾਮਾ ਕੇਅਰ ਜਿਹੜੀ ਆ ਰਪੀਲ ਇਹਦਾ ਚਲੇ ਜਾਏਗਾ। ਸੋ ਉੱਥੇ ਦੇਖੋ ਉਹ ਤੋਂ ਬਾਅਦ ਕੀ ਡਿਸੀਜਨ ਆਊਗਾ। ਅਤੇ ਅਗਲੀ ਤੁਸੀਂ ਖਬਰ ਵੱਲ ਬਿਲਕੁਲ ਚੱਲੀਏ ਕੁਛ ਕੁ ਰਮਨ ਜੀ, ਆਪਾਂ ਵਿੱਚ ਵਿੱਚ ਟਰੱਕਾਂ ਦੇ ਨਾਲ ਰਿਲੇਟਡ ਵੀ ਖਬਰਾਂ ਸਾਂਝੀਆਂ ਕਰੀ ਜਾਂਦੇ ਹਾਂ। ਸਾਨੂੰ ਜੀ ਸਾਰਿਆਂ ਨੂੰ ਪਤਾ ਹੈ ਵੀ ਆਪਣੇ ਜਿਹੜੇ ਪੰਜਾਬੀ ਭੈਣ ਭਰਾ ਆ ਟਰੱਕਿੰਗ ਇੰਡਸਟਰੀ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਆ। ਪਿਛਲੇ ਸਮੇਂ 'ਚ ਖਬਰਾਂ ਵੀ ਆਈਆਂ ਵੀ ਕਿਸ ਤਰ੍ਹਾਂ 2 ਸਾਲਾਂ ਦੇ ਵਿੱਚ 30,000 ਦੇ ਕਰੀਬ ਜਿਹੜੇ ਨਵੇਂ ਪੰਜਾਬੀ ਆ ਉਹ ਟਰੱਕਿੰਗ ਇੰਡਸਟਰੀ ਦੇ ਵਿੱਚ ਐਂਟਰ ਹੋਏ ਆ। ਅਤੇ ਅੱਜ ਇੱਕ ਖਬਰ ਆ ਰਹੀ ਆ ਵੀ ਕਹਿੰਦੇ ਵੀ ਜਿਹੜੀਆਂ ਵਿਮੈਨ ਆ, ਜਿਹੜੀਆਂ ਬੀਬੀਆਂ ਆ, ਜੇ ਉਹ ਟਰੱਕ ਡਰਾਈਵਰ ਆ ਉਹ ਕਹਿੰਦੇ ਬੜੀਆਂ ਸੇਫ ਡਰਾਈਵਰ ਆ, ਪਰ ਅਨਫੋਰਚੁਨੇਟ ਪਾਰਟ ਇਹ ਆ ਵੀ ਸਿਰਫ 6% ਲੇਡੀਜ਼ ਜਿਹੜੀਆਂ ਟਰੱਕ ਡਰਾਈਵਰ ਆ, ਅਤੇ ਪੰਜਾਬੀ ਤਾਂ ਬਹੁਤ ਘੱਟ ਹੈਗੇ ਆ। ਅਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਇਹ ਇੱਕ ਐਸਾ ਪੱਖ ਹੈਗਾ ਕਿ ਜਿਹੜਾ ਇੱਕ ਐਸਾ ਵਰਗ ਹੈਗਾ ਕਿ ਜਿਹੜਾ ਬਿਲਕੁਲ ਅਨਟੈਪਡ ਹੈਗਾ ਟਰੈਕਿੰਗ ਵਾਸਤੇ, ਖਾਸ ਕਰਕੇ ਅਮੈਰੀਕਾ ਦੇ ਵਿੱਚ 6 ਤੋਂ 8% ਮੈਕਸੀਮਮ ਇਹਦੇ ਵਿੱਚ ਇਨਰੋਲਮੈਂਟ ਹੈਗੀ ਆ। ਅਤੇ ਇਹ ਇੱਕ ਐਸਾ ਪੱਖ ਹੈਗਾ ਕਿ ਜਿਹੜਾ ਕਿ ਬਹੁਤ ਵੱਡਾ ਸਹਾਈ ਹੋ ਸਕਦਾ ਕਿ ਜਿਹੜੀ ਟਰੱਕ ਦੇ ਵਿੱਚ ਡਰਾਈਵਰ ਸ਼ੋਰਟੇਜ ਹੈਗੀ ਆ, ਉਸ ਮਾਮਲੇ ਦੇ ਵਿੱਚ ਜਿਹੜਾ ਵਿਮੈਨ ਡਰਾਈਵਰ ਹੈਗੇ ਆ ਜੇ ਉਹ ਇੰਟਰੋਡਿਊਸ ਕੀਤੇ ਜਾਂਦੇ ਆ। ਔਰ ਖਾਸ ਮੇਰੇ ਖਿਆਲ ਸ਼ਾਇਦ ਪੰਜਾਬੀ ਕਮਿਊਨਿਟੀ ਦੇ ਵਿੱਚ ਵਿਮੈਨ ਡਰਾਈਵਰ ਜਿਹੜੇ ਆ ਕੈਨੇਡਾ ਦੇ ਵਿੱਚ ਸਾਡੇ ਨਾਲੋਂ ਜ਼ਿਆਦਾ ਹੈਗੇ ਆ, ਆਪਣੇ ਅਮੈਰੀਕਾ ਦੇ ਵਿੱਚ ਥੋੜ੍ਹਾ ਘੱਟ ਰੁਝਾਨ ਹੈਗਾ। ਪਰ ਡੈਫੀਨੇਟਲੀ ਇਹ ਜਿਹੜਾ ਵਰਗ ਹੈਗਾ ਇਹਦੇ ਤੇ ਕਾਫੀ ਜਿਹੜਾ ਜ਼ੋਰ ਦਿੱਤਾ ਜਾ ਸਕਦਾ ਆ, ਕਾਫੀ ਇਹਦੇ ਤੇ ਧਿਆਨ ਦਿੱਤਾ ਜਾ ਸਕਦਾ, ਜਿਹੜੀ ਡਰਾਈਵਰ ਸ਼ੋਰਟੇਜ ਹੈਗੀ ਆ ਉਹਨੂੰ ਕਾਫੀ ਹੱਦ ਤੱਕ ਕਾਬੂ ਪਾਇਆ ਜਾ ਸਕਦਾ। ਔਰ ਮੇਰੇ ਖਿਆਲ ਸ਼ਾਇਦ ਘਰਾਂ ਦੇ ਵਿੱਚ ਸੁਣਨ ਵਾਲੇ ਜਿਹੜੇ ਆ ਫੈਮਿਲੀਜ਼ ਆ ਉਹਨਾਂ ਦੇ ਵਿੱਚ ਕਾਫੀ ਇਹ ਡਿਸਕਸ਼ਨ ਚੱਲ ਵੀ ਰਹੀ ਹੋਊਗੀ ਕਿ ਕੀਤਾ ਜਾਵੇ ਤੇ ਨਾ ਕੀਤਾ ਜਾਵੇ। ਥੋੜਾ ਜਿਹਾ ਆਪਣੀ ਕਮਿਊਨਿਟੀ ਦੇ ਵਿੱਚ ਥੋੜਾ ਜਿਹਾ ਇਹ ਵੀ ਹੈਗਾ ਕਿ ਨਹੀਂ ਬਈ ਲੇਡੀਜ਼ ਟਰੱਕ ਚਲਾਉਣਗੀਆਂ ਕੀ ਕਹਿਣਗੇ, ਹੈ ਨਾ? ਜੀ, ਸੋ ਪਰ ਜੇ ਆਈ ਡੋਂਟ ਰਮਨ ਥਿੰਕ ਜੀ ਸੋ, ਦੇਖਿਆ ਕੋਈ ਜਾਵੇ ਇੱਦਾਂ ਦੀ ਗੱਲ ਹੈਗੀ ਆ। ਜੀ, ਪਰ ਜੇ ਦੇਖਿਆ ਜਾਵੇ ਪਿਛਲੇ ਤੁਸੀਂ ਟਰੱਕਿੰਗ ਇੰਡਸਟਰੀ ਨਾਲ ਬਹੁਤ ਲੰਮੇ ਸਮੇਂ ਤੋਂ ਇਨਵੋਲਵ ਆ, ਪਿਛਲੇ 10-15 ਸਾਲਾਂ 'ਚ ਜਿਹੜੇ ਟਰੱਕਸ ਹੈਗੇ ਆ ਉਹਨਾਂ ਦੇ ਵਿੱਚ ਬਹੁਤ ਚੇਂਜਸ ਆਈਆਂ। ਪਹਿਲਾਂ ਮੈਨੂਅਲ ਸੀ, ਹੁਣ ਕਿੰਨੇ ਮੈਜੋਰਟੀ 'ਚ ਆਟੋਮੈਟਿਕ ਆ ਰਹੇ ਆ, ਹੁਣ ਈਜ਼ੀ ਵੀ ਬਹੁਤ ਆ ਡਰਾਈਵ ਕਰਨਾ, ਰਾਈਟ? ਹਾਂਜੀ, ਹੁਣ ਤਾਂ 90% ਟਰੱਕ ਜਿਹੜੇ ਹੈਗੇ ਜੀ ਆਟੋਮੈਟਿਕ ਹੈਗੇ ਆ ਇਸ ਵੇਲੇ। ਔਰ ਮੇਰੇ ਖਿਆਲ ਇਹ 10 ਸਾਲ ਪਹਿਲਾਂ ਜਾਂ 5-7 ਸਾਲ ਪਹਿਲਾਂ ਦੀ ਗੱਲ ਹੈਗੀ ਆ ਜਦੋਂ ਕਿ ਆਪਣੀਆਂ ਪੰਜਾਬੀ ਕੰਪਨੀਆਂ ਸੀਗੀਆਂ ਉਹ ਆਟੋਮੈਟਿਕ ਟਰੱਕ ਨੂੰ ਟੋਟਲੀ 100% ਨਕਾਰ ਰਹੀਆਂ ਸੀਗੀਆਂ ਔਰ ਬਿਲਕੁਲ ਉਹਨੂੰ ਹਾਮੀ ਨਹੀਂ ਸੀ ਭਰਦੇ। ਔਰ ਅੱਜ ਦੀ ਤਰੀਕ ਦੇ ਵਿੱਚ ਮੇਰੇ ਖਿਆਲ 90-95% ਜਿਹੜੀਆਂ ਕੰਪਨੀਆਂ ਹੈਗੀਆਂ ਜਿਹਨਾਂ ਦੇ ਵਿੱਚ ਡਰਾਈਵਰਸ ਹੈਗੇ ਆ ਉਹ ਜਿਹੜਾ ਆ ਆਟੋਮੈਟਿਕ ਟਰੱਕ 'ਤੇ ਚਲੇ ਗਏ ਆ। ਕੁਛ ਓਨਰ ਆਪਰੇਟਰਸ ਹੈਗੇ ਆ ਜਿਹੜੇ ਸਟਿਲ ਲਾਈਕ ਕਰਦੇ ਆ ਟਰਾਂਸਮਿਸ਼ਨ ਜਿਹੜਾ ਮੈਨੂਅਲ ਚਲਾਉਣਾ, ਸਪੈਸੀਫਿਕਲੀ 13 ਸਪੀਡ ਜਿਹੜਾ ਕਾਫੀ ਪ੍ਰੈਫਰ ਕਰਦੇ ਆ। ਮੈਂ ਖੁਦ ਚਲਾਇਆ, ਮੈਂ ਖੁਦ ਪ੍ਰੈਫਰ ਕਰਦਾ ਕਿ ਪਰ ਬੜਾ ਵਧੀਆ ਹੁੰਦਾ ਸੀ ਕਿ ਟਰਾਂਸਮਿਸ਼ਨ 13 ਸਪੀਡ ਜਿਹੜਾ ਹੁੰਦਾ ਸਪਲਿਟ ਕਰਕੇ ਚਲਾਈਦਾ ਸੀਗਾ, ਬਹੁਤ ਸੌਖਾ ਸੀ, ਬੜਾ ਵਧੀਆ ਸੀ। ਪਰ ਹੁਣ ਜਦੋਂ ਅਸੀਂ ਆਟੋਮੈਟਿਕ ਚਲਾਈਦਾ ਤੇ ਆਟੋਮੈਟਿਕ ਚਲਾਉਣ ਦੇ ਨਾਲ ਲਿਟਰਲੀ ਤੁਸੀਂ ਯਕੀਨ ਨਹੀਂ ਮੰਨਣਾ ਵੀ ਐਂ ਲੱਗਦਾ ਵੀ ਜਿੱਦਾਂ ਵੀ ਕਾਰ ਚਲਾ ਲਈ ਜਾਂ ਟਰੱਕ ਚਲਾ ਲਿਆ, ਇਟਸ ਨਾਟ ਅ ਡਿਫਰੈਂਟ ਥਿੰਗ।
ਹੁਣ ਤਾਂ ਇੰਨਾ ਜ਼ਿਆਦਾ ਈਜ਼ੀ ਹੋ ਗਿਆ, ਤੁਹਾਡੇ ਸੈਂਸਰ ਲੱਗ ਗਏ ਆ, ਅੱਗੇ ਤੁਹਾਡਾ ਜਿਹੜਾ ਕਰੂਜ਼ ਕੰਟਰੋਲ ਦੇ ਨਾਲ ਅੱਗੇ ਜਿਹੜਾ ਤੁਹਾਡੇ ਟਰੱਕ ਜਾਂਦਾ ਉਹਦੇ ਵਿੱਚ ਡਿਸਟੈਂਸ ਜਿਹੜਾ ਆ ਉਹ ਮੇਨਟੇਨ ਰੱਖਦੇ ਆਪੇ ਹੀ ਟਰੱਕ ਆਟੋਮੈਟਿਕਲੀ, ਜੇ ਤੇਜ਼ ਹੁੰਦਾ ਤੇਜ਼ ਹੋ ਜਾਂਦੇ ਆ, ਸਲੋ ਹੁੰਦਾ ਸਲੋ ਹੋ ਜਾਂਦੇ ਆ, ਤੇ ਉਹਦੇ ਨਾਲ ਨਾਲ ਹੋਰ ਵੀ ਐਸੀਆਂ ਜਿਹੜੀਆਂ ਇਮਿਊਨਿਟੀਜ਼ ਆ ਜਾਂ ਐਸੇ ਜਿਹੜੀਆਂ ਸਹੂਲਤਾਂ ਆ ਉਹ ਟਰੱਕਾਂ ਦੇ ਵਿੱਚ ਆ ਗਈਆਂ ਕਿ ਜਿਹੜੇ ਯੂ ਨੋ APUs ਲੱਗ ਗਏ ਆ ਕਿ ਗਰਮੀ ਸਰਦੀ ਦਾ ਕੋਈ ਫਰਕ ਨਹੀਂ ਪੈਂਦਾ, ਟਰੱਕ ਦੇ ਵਿੱਚ ਤੁਹਾਡਾ ਟੈਂਪਰੇਚਰ ਕੰਟਰੋਲ ਰਹਿੰਦਾ, ਹੋਰ ਮਤਲਬ ਕਿ ਬਹੁਤ ਜ਼ਿਆਦੀਆਂ ਸਹੂਲਤਾਂ ਜਿਹੜੀਆਂ ਟਰੱਕਾਂ ਦੇ ਵਿੱਚ ਆ ਗਈਆਂ, ਔਰ ਟਰੱਕਾਂ ਦੇ ਕੈਬਸ ਵੀ ਵੱਡੇ ਕਰ ਦਿੱਤੇ ਗਏ ਆ, ਹੁਣ ਕਾਫੀ ਜਿਹੜਾ ਇੱਥੇ ਕੰਮ ਚੱਲ ਰਿਹਾ। ਸੋ ਬਿਲਕੁਲ, ਦੂਸਰੇ ਪਾਸੇ ਰਮਨ ਜੀ ਕੀ ਆ, ਫੂਡ ਨਾਲ ਰਿਲੇਟਡ ਵੀ ਗੱਲ ਕਰੀਏ। ਪਹਿਲਾਂ ਕੀ ਹੁੰਦਾ ਸੀ, ਅੱਜ ਤੋਂ 10-15 ਸਾਲ ਪਹਿਲਾਂ ਤੁਹਾਨੂੰ ਕਈ ਵੈਜੀਟੇਰੀਅਨ ਆਪਣੇ ਬੰਦੇ ਬਹੁਤ ਸਾਰੇ, ਤੁਹਾਨੂੰ ਪਤਾ ਸਿੰਘ ਆ, ਨਹੀਂ ਮੀਟ ਖਾਂਦੇ ਜਾਂ ਫੂਡ ਬਾਹਰ ਨਹੀਂ ਖਾਂਦੇ। ਸੋ ਹੁਣ ਇੱਦਾਂ ਦੇ ਰੈਸਟੋਰੈਂਟ ਟਰੱਕ ਸਟੋਪਾਂ 'ਤੇ ਆ ਗਏ, ਈਵਨ ਹੁਣ ਤਾਂ ਕਿੰਨੇ ਜਿਹੜੇ ਟਰੱਕਸ ਆ ਉੱਥੇ ਇੰਡੀਅਨ ਰੈਸਟੋਰੈਂਟਸ ਵੀ ਆ ਗਏ ਹੈਗੇ ਆ। ਸੋ ਫੂਡ ਦੀ ਵੀ ਕੋਈ ਪ੍ਰੋਬਲਮ ਨਹੀਂ ਹੈਗੀ, ਰਾਈਟ? ਬਿਲਕੁਲ ਬਿਲਕੁਲ, ਇਹ ਤਾਂ ਬਿਲਕੁਲ ਸਹੀ ਗੱਲ ਹੈ, ਔਰ ਕਾਫੀ ਜਿਹੜੀਆਂ ਕੰਪਨੀਜ਼ ਹੈਗੀਆਂ ਹੁਣ ਉਹਨਾਂ ਨੂੰ ਰਿਅਲਾਈਜ਼ ਹੋ ਗਿਆ ਕਿ ਬਿਕੋਜ਼ ਆਫ ਦਾ ਨੰਬਰਸ, ਆਪਣੇ ਨੰਬਰਸ ਇੰਨੇ ਜ਼ਿਆਦਾ ਹੋ ਚੁੱਕੇ ਆ ਔਰ ਇੰਨੇ ਜ਼ਿਆਦਾ ਵੱਧ ਰਹੇ ਆ, ਤੇ ਬਹੁਤ ਜਿਹੜੀਆਂ ਟਰੱਕ ਚੇਨਸ ਹੈਗੀਆਂ, ਆਪਣੇ ਟਰੱਕ ਸਟਾਪ ਦੀਆਂ ਚੇਨਸ ਹੈਗੀਆਂ, ਉੱਥੇ ਉਹ ਕੰਸਿਡਰ ਕਰ ਰਹੇ ਆ ਕਿ ਫੂਡ ਜਿਹੜਾ ਆ ਉਹ ਜ਼ਰੂਰ ਲਿਆਂਦਾ ਜਾਵੇ, ਇੰਡੀਅਨ ਫੂਡ ਜਿਹੜਾ ਆ, ਵੈਜੀਟੇਰੀਅਨ ਫੂਡ ਆ ਖਾਸ ਕਰਕੇ, ਉਹ ਜ਼ਰੂਰ ਲਿਆਂਦਾ ਜਾਵੇ। ਜੀ, ਸੋ ਬਿਲਕੁਲ। ਸੋ ਜਿਸ ਤਰ੍ਹਾਂ ਆਪਾਂ ਵਿਮੈਨ ਦੀ ਗੱਲ ਕਰ ਰਹੇ ਸੀ, ਕਹਿੰਦੇ ਕਿ USA ਦੇ ਵਿੱਚ 6-8% ਜਿਹੜੀਆਂ ਵਿਮੈਨ ਆ ਉਹ ਟਰੱਕ ਡਰਾਈਵਰ ਆ, ਪਰ ਇੱਕ ਐਰੀਜ਼ੋਨਾ ਵੇਸਟ ਕੰਪਨੀ ਰੋਡ ਮਾਸਟਰ ਗਰੁੱਪ ਆ ਜਿਹੜੀ ਪਿਓਰੀਆ ਦੇ ਵਿੱਚ ਆ, ਕਹਿੰਦੇ ਉਹਨਾਂ ਦੇ ਕੋਲ 37% ਵੁਮੈਨ ਜਿਹੜੀਆਂ ਆ ਉਹ ਟਰੱਕ ਡਰਾਈਵਰਸ ਹੈਗੀਆਂ। ਅਤੇ ਅਗਲੀ ਖਬਰ ਵੱਲ ਚਲੀਏ ਰਮਨ ਜੀ, ਜਿਹੜੇ ਇੱਕ ਸੈਨੇਟ ਬਿੱਲ ਆ 1 ਸੀਗਾ, ਉਹਦੇ ਮੁਤਾਬਕ ਕਹਿੰਦੇ ਵੀ January 1, 2020 ਤੋਂ ਜਿਹੜੇ ਟਰੱਕ ਕਈ ਟਰੱਕਸ ਆ ਜਿਹੜੇ ਉਹਨਾਂ ਨੂੰ ਉਹਨਾਂ ਦੀ ਰਜਿਸਟ੍ਰੇਸ਼ਨ ਨਹੀਂ ਹੋਊਗੀ। ਜੀ ਬਿਲਕੁਲ, ਇਹ ਜਿਹੜਾ ਬਿੱਲ ਜਿਹੜਾ ਪਿਛਲੇ ਸਮੇਂ ਦੇ ਵਿੱਚ ਪਾਸ ਹੋਇਆ ਆ ਉਹਦੇ ਅਕੋਰਡਿੰਗਲੀ ਜਿਹੜੇ ਹੁਣ ਆਪਣੇ ਟਰੱਕ ਹੈਗੇ ਨਾਨ ਕੰਪਲਾਇੰਟ ਟਰੱਕ ਹੈਗੇ ਆ, ਬਹੁਤ ਆਪਣੀਆਂ ਜਿਹੜੀਆਂ ਕੰਪਨੀ ਸੀਗੀਆਂ, ਆਪਣੀਆਂ ਜਿਹੜੀਆਂ ਮੇਜਰ ਕੰਪਨੀਜ਼ ਵੀ ਸੀਗੀਆਂ, ਸਮਾਲਰ ਵੀ ਸੀਗੀਆਂ, ਉਹਨਾਂ ਦਾ ਇਹ ਦੋਸ਼ ਸੀਗਾ ਕਿ ਜਦੋਂ ਕੰਪਲਾਇੰਸ ਦਾ ਇਹ ਹਵਾ ਚੱਲੀ ਆ, ਆਪਣੀ ਕਾਰਪ ਦੀ ਕੰਪਲਾਇੰਸ ਦੀ ਹਵਾ ਚੱਲੀ ਆ, ਤੇ ਉਹਦੇ ਵਿੱਚ ਬਹੁਤ ਕੰਪਨੀਆਂ ਨੇ ਪੈਸੇ ਲਾ ਕੇ ਆਪਣੇ ਟਰੱਕਾਂ ਨੂੰ ਚੇਂਜ ਕਰਵਾਇਆ, ਬਹੁਤ ਕੰਪਨੀਆਂ ਨੇ ਸਾਰਾ ਕੁਛ ਕੀਤਾ, ਤੇ ਉਦੋਂ ਦਾ ਇਹ ਫਾਈਟ ਚੱਲ ਰਹੀ ਸੀਗੀ ਵੀ ਕਿਸ ਤਰ੍ਹਾਂ ਜਿਹੜੇ ਨਾਨ ਕੰਪਲਾਇੰਟ ਟਰੱਕ ਆ ਉਹਨਾਂ ਨੂੰ ਕਿਸ ਤਰ੍ਹਾਂ ਕੰਪਲਾਇੰਟ ਕੀਤਾ ਜਾਵੇ ਜਾਂ ਇਹਨਾਂ ਨੂੰ ਕਿੱਦਾਂ ਟੈਕਲ ਕੀਤਾ ਜਾਵੇ, ਫਾਈਟ ਕੀਤਾ ਜਾਵੇ। ਤੇ ਇਹ ਜਿਹੜਾ ਰੋਡ ਰਿਪੇਅਰ ਐਂਡ ਅਕਾਊਂਟੇਬਿਲਿਟੀ ਐਕਟ 2017 SB1 ਜਿਹੜਾ ਸਾਈਨ ਹੋਇਆ April 28, 2017 ਨੂੰ, ਇਹਦੇ ਵਿੱਚ ਜਿਹੜਾ ਇਹ ਕਰ ਦਿੱਤਾ ਗਿਆ ਹੁਣ ਕਿ ਜੇ ਤੁਹਾਡਾ ਟਰੱਕ ਜਿਹੜਾ ਆ ਉਹ ਨਾਨ ਕੰਪਲਾਇੰਟ ਹੈਗਾ ਆ ਜਾਂ ਕਿਸੇ ਕਿਸਮ ਨਾਲ ਉਹ ਕੰਪਲਾਇੰਸ ਨਹੀਂ ਆਉਂਦਾ, ਤੇ ਉਹਦੇ ਤੇ ਤੁਹਾਡੀ ਜਿਹੜੀ DMV ਰਜਿਸਟ੍ਰੇਸ਼ਨ ਹੈ, ਜਿਹਨੂੰ ਆਪਾਂ ਸਿੰਪਲੀ ਵਰਡਾਂ 'ਚ ਪਲੇਟਾਂ ਕਹਿ ਦਿੰਦੇ ਹਾਂ, ਉਹ ਤੁਹਾਡੀਆਂ ਜਿਹੜੀਆਂ ਉਹ ਹੁਣ DMV ਜਿਹੜੀ ਆ ਉਹ ਹੋਲਡ ਕਰ ਲਏਗੀ, ਹੁਣ ਤੁਹਾਡੀਆਂ ਜਿਹੜੀਆਂ ਪਲੇਟਾਂ ਇਸ਼ੂ ਨਹੀਂ ਹੋਣਗੀਆਂ ਉਸ ਟਰੱਕ ਦੀਆਂ ਜਿਹੜਾ ਟਰੱਕ ਨਾਨ ਕੰਪਲਾਇੰਟ ਹੈਗਾ ਕੈਲੀਫੋਰਨੀਆ ਦੇ ਲਾਅ ਦੇ ਅਕੋਰਡਿੰਗਲੀ। ਜੀ, ਅਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਕਹਿੰਦੇ ਅਮੈਰੀਕਾ ਦੀ ਜਿਹੜੀ 5th largest ਟਰੱਕਿੰਗ ਕੰਪਨੀ ਹੈਗੀ ਆ, ਉਸ ਨੇ ਡਿਪਾਰਟਮੈਂਟ ਆਫ ਡਿਫੈਂਸ ਨੂੰ ਜਿਹੜਾ ਆ ਉਹ ਫਰੋਡ ਕੀਤਾ ਉਹਦੇ ਨਾਲ ਪਿਛਲੇ ਲਗਭਗ 9-10 ਸਾਲਾਂ ਤੋਂ। ਸੋ ਇਹ ਜਿਹੜੀ ਕੰਪਨੀ ਆ ਕਹਿੰਦੇ YRC ਵਰਲਡਵਾਈਡ, ਜਿਹਦੇ ਵਿੱਚ YRC ਫਰੇਟ, ਰੋਡਵੇ, ਯੈਲੋ, ਇਹ ਜਿਹੜੀ ਟਰੱਕਿੰਗ ਕੰਪਨੀ ਆ ਇਨਵੋਲਵ ਆ, ਪਿਛਲੇ ਕਹਿੰਦੇ 9-10 ਸਾਲਾਂ ਤੋਂ ਡਿਪਾਰਟਮੈਂਟ ਆਫ ਡਿਫੈਂਸ ਦੇ ਜਿਹੜੇ ਜਿੰਨੇ ਵੀ ਉਹ ਮਾਲ ਉਹਨਾਂ ਦੇ ਢੋਂਦੇ ਸੀ ਉਹਦੇ 'ਤੇ ਬਹੁਤ ਜ਼ਿਆਦਾ ਚਾਰਜ ਕਰਦੇ ਸੀ, ਅਤੇ ਪਿਛਲੇ 7 ਸਾਲਾਂ ਤੋਂ ਜਿਹੜੀ ਇਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ, ਅਤੇ ਜਦੋਂ ਹੁਣ ਇਹ ਗੱਲ ਬਾਹਰ ਆਈ ਆ ਇਹ ਤੋਂ ਬਾਅਦ ਜਿਹੜੇ YRC ਦੇ ਸ਼ੇਅਰਸ ਆ ਉਹ 20% ਜਿਹੜੇ ਡਿੱਗੇ ਹੈਗੇ ਆ। ਜੀ ਬਿਲਕੁਲ, ਇਹ DOJ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਆਪਣਾ ਡਿਫੈਂਸ ਹੈਗਾ ਆ, ਪੈਂਟਾਗਨ ਹੈਗਾ, ਉਹਨਾਂ ਦੇ ਜਿਹੜੇ ਲੋਡ ਸੀਗੇ ਉਹਨਾਂ ਨੂੰ ਲੋਡਸ ਨੂੰ ਜਿਹੜਾ ਵੇਟ ਹੈਗਾ ਉਹਨਾਂ ਦਾ ਭਾਰ ਆ ਜਿਹੜਾ ਉਹਨੂੰ ਇਹ ਵਧਾ ਕੇ ਸ਼ੋ ਕਰਦੇ ਸੀਗੇ, ਉਹਨੂੰ ਫਾਲਸਫਾਈ ਕਰਦੇ ਸੀ। ਸੋ ਉਹਦਾ ਜਿਹੜਾ ਵੇਟ ਆ ਵੇਟ ਦੇ ਹਿਸਾਬ ਨਾਲ ਰੇਟ ਚਾਰਜ ਹੁੰਦਾ ਸੀ, ਅਤੇ ਵੇਟ ਨੂੰ ਇਨਫਲੇਟ ਕਰ ਦਿੱਤਾ ਜਾਂਦਾ ਸੀਗਾ ਤਾਂ ਕਿ ਜਿਹੜੇ ਚਾਰਜਿਸ ਵੱਧ ਜਾਣ। ਸੋ ਇਹ ਕਾਫੀ ਦੇਰ ਤੋਂ ਇਹ ਜਿਹੜਾ ਸੈਟਅਪ ਚੱਲ ਰਿਹਾ ਸੀਗਾ, YRC ਫਰੇਟ ਆ ਗਈ ਆ, ਯੈਲੋ ਟਰਾਂਸਪੋਰਟੇਸ਼ਨ ਆ, ਰੋਡਵੇ ਐਕਸਪ੍ਰੈਸ ਆ, ਇਹ ਤਿੰਨੇ ਕੰਪਨੀਆਂ ਇੱਕੋ ਹੀ ਪੇਰੈਂਟ ਕੰਪਨੀ ਦੀਆਂ ਹੈਗੀਆਂ। ਸੋ ਇਹਨਾਂ ਦੇ ਵਿੱਚ ਇੱਕ ਜਿਹੜਾ ਕਾਫੀ ਦੇਰ ਤੋਂ ਜਿਹੜੀਆਂ ਸਟੇਟਮੈਂਟ ਜਿਹੜੀਆਂ ਸੀਗੀਆਂ, ਇਹ ਜਿਹੜਾ ਬਿਲਿੰਗ ਸੀਗੀ ਇਹਨੂੰ ਇੱਦਾਂ ਕੀਤੀ ਜਾ ਰਹੀ ਸੀਗੀ, ਅਤੇ ਜਿਹੜਾ ਲੋਅ ਸੂਟ ਦੇ ਅਕੋਰਡਿੰਗਲੀ ਹੈਗਾ ਕਿ ਜਿਹੜਾ ਕੈਰੀਅਰ ਹੈਗਾ ਉਹ ਜਿਹੜਾ ਰੀਵੇਟ ਕਰਦੇ ਆ ਥਾਊਜ਼ੈਂਡ ਆਫ ਸ਼ਿਪਮੈਂਟ,
ਤੇ ਉਹਦੇ ਜਿਹੜੇ ਐਸਟੀਮੇਟਡ ਵੇਟ ਆ ਉਹਨੂੰ ਵਧਾ ਚੜਾ ਕੇ ਦੱਸਿਆ ਜਾਂਦਾ ਜੀ, ਤਾਂ ਕਿ ਜਿਹੜੇ ਰੇਟ ਵੱਧ ਹੋ ਸਕਣ। ਸੋ ਇੱਥੇ ਹੁਣ ਜਿਹੜਾ ਡਿਪਾਰਟਮੈਂਟ ਆਫ ਡਿਫੈਂਸ ਹੈਗਾ ਉਹਨਾਂ ਨੇ ਲਾਅ ਸੂਟ ਜਿਹੜਾ ਆ ਉਹ ਕਰਨ ਦੀ ਤਿਆਰੀ ਕਰ ਲਈ ਜੀ। ਸੋ ਜਿਹੜੀ ਇੱਕ ਅਗਲੀ ਖਬਰ ਆ ਰਮਨ ਜੀ, ਉਹਨੂੰ ਜੇ ਤੁਹਾਨੂੰ ਡਿਟੇਲ ਦੇ ਵਿੱਚ ਪਤਾ, ਕਹਿੰਦੇ ਅਰਕਨਸਾਸ ਦੇ ਵਿੱਚ ਇੱਕ ਜੱਜ ਨੇ ਜਿਹੜਾ ਆ ਕਹਿੰਦੇ ਚੁੱਪ ਚੁਪੀਤੇ ਇੱਕ ਰੂਲਿੰਗ ਦੇ ਦਿੱਤੀ ਆ, ਜਿਹਦੇ ਵਿੱਚ ਉਸਨੇ ਇਹ ਕਿਹਾ ਵੀ ਜਿਹੜੇ ਟਰੱਕ ਡਰਾਈਵਰਸ ਆ ਜਦੋਂ ਉਹ ਨਹੀਂ ਵੀ ਜੋਬ ਦੇ ਉੱਤੇ ਤਾਂ ਵੀ ਜਿਹੜੀ ਆ ਉਹਨਾਂ ਨੂੰ ਮਿਨੀਮਮ ਵੇਜ ਦਿੱਤੇ ਜਾਣ। ਲਗਭਗ 3,000 ਦੇ ਕਰੀਬ ਜਿਹੜੇ ਟਰੱਕਰ ਸੀਗੇ ਇਹਨਾਂ ਨੇ ਸੂ ਕੀਤਾ ਹੋਇਆ ਸੀ, ਕਹਿੰਦੇ ਇਹਦਾ ਜਿਹੜਾ ਅਸਰ ਆ ਪੂਰੇ USA ਦੇ ਵਿੱਚ ਇਸ ਰੂਲਿੰਗ ਦਾ ਪੈ ਸਕਦਾ ਆ। ਬਿਲਕੁਲ, ਇਹ ਇਹ ਜਿਹੜੀ ਇੱਕ ਰੂਲਿੰਗ ਹੈਗੀ ਆ ਇਹ ਜਿਵੇਂ ਕਹੋ ਵੀ ਇੱਕ ਬੰਬਸ਼ੈਲ ਹੈਗਾ ਆ, ਬੜਾ ਚੁੱਪ ਪੀਤੇ ਜਿੱਦਾਂ ਤੁਸੀਂ ਕਿਹਾ ਹੋਇਆ ਜੀ। ਔਰ ਇਹਦੇ ਵਿੱਚ ਤੁਸੀਂ ਆਪਣੀ ਜਿਹੜੀ ਕਮਿਊਨਿਟੀ ਹੈਗੀ ਆ ਅਸੀਂ ਇਹਦੇ ਵਿੱਚ ਪ੍ਰੀਟੀ ਮੱਚ ਨਹੀਂ ਆਉਂਦੇ, ਸਾਡੇ ਤੇ ਜਿਹੜੀ ਆ ਰੂਲਿੰਗ ਹੈਗੀ ਆ ਇਫੈਕਟ ਨਹੀਂ ਕਰਦੀ ਜੀ, ਕਿਉਂਕਿ ਸਾਡੇ ਜਿਹੜੇ ਡਰਾਈਵਰ ਹੈਗੇ ਆ ਜੇ ਮੈਂ ਉਹਦਾ ਇੱਕ ਰਾਊਂਡ ਫਿਗਰ ਜੀ ਦਿੰਦਾ ਕਿ ਕਈ ਇਹ ਇਹ ਰੂਲਿੰਗ ਜਿਹੜੀ ਆਈ ਆ ਇਹ ਆਈ ਆ ਕਿ ਜਿਹੜੇ ਵੱਡੀਆਂ ਕੰਪਨੀਆਂ ਹੈਗੀਆਂ ਇਸ ਵੇਲੇ ਜਿਹੜੀਆਂ ਜਿਵੇਂ ਕਿ ਯੂ ਨੋ ਸਵਿਫਟ ਹੈਗੀ ਆ ਜਾਂ ਸ਼ਨਾਈਡਰ ਹੈਗੀ ਆ ਜੀ, ਇਹ ਕੰਪਨੀਆਂ ਜਦੋਂ ਰਿਕਰੂਟ ਕਰਦੀਆਂ ਡਰਾਈਵਰ ਨੂੰ ਹਾਇਰ ਕਰਦੀਆਂ ਤੇ ਇਹ ਉਹਨਾਂ ਨੂੰ ਬਹੁਤ ਘੱਟ ਪੇ ਦਿੰਦੀਆਂ, 20-25 cents ਤੱਕ ਉਹਨਾਂ ਨੂੰ ਪੇ ਕਰਦੇ ਆ ਜੀ। ਤੇ ਉਹ ਜਿਵੇਂ ਕਿ ਉਹਨਾਂ ਨੂੰ ਉਹਨਾਂ ਦਾ ਚੈੱਕ ਜਿਹੜਾ $250-$300 ਵੀਕ ਦਾ ਬਣਦਾ ਜੀ ਜੀ, ਜਦੋਂ $250-$300 ਵੀਕ ਦਾ ਬਣਦਾ ਤੇ ਉਹ ਜਦੋਂ ਤੁਸੀਂ ਉਹਨਾਂ ਨੂੰ ਉਹ ਕਿੰਨੇ ਘੰਟੇ ਟਰੱਕ ਦੇ ਵਿੱਚ ਰਹਿੰਦੇ ਆ ਕਿੰਨਾ ਟਾਈਮ ਸਪੈਂਡ ਕਰਦੇ ਆ ਜੇ ਉਹਨੂੰ ਡਿਵਾਈਡ ਕਰਦੇ ਤੇ ਮਿਨੀਮਮ ਵੇਜ ਤੋਂ ਕਿਤੇ ਥੱਲੇ ਚਲਾ ਜਾਂਦਾ ਜੀ। ਸੋ ਇਹ ਜਿਹੜਾ ਉਸ ਵਰਗ ਨੂੰ ਇਹ ਜਿਹੜਾ ਜਿਹੜਾ ਡਿਸੀਜਨ ਹੈਗਾ ਆ ਇਹ ਉਸ ਵਰਗ ਦੇ ਲਈ ਕੀਤਾ ਗਿਆ ਜਿਹੜਾ ਵਰਗ ਦਾ ਸ਼ੋਸ਼ਣ ਹੋ ਰਿਹਾ ਇਸ ਵੇਲੇ ਵੱਡੀਆਂ ਟਰੱਕਿੰਗ ਕੰਪਨੀਆਂ ਵੱਲੋਂ, ਕਿ ਜਿਹੜੀਆਂ ਕੰਪਨੀਆਂ ਉਹਨਾਂ ਨੂੰ ਐਜ਼ ਅ ਰਿਕਰੂਟਰ ਰੱਖ ਰਹੀਆਂ ਔਰ ਕਈ ਕਈ ਮਹੀਨੇ ਸਾਲ ਲਾਂ ਬੱਧੀ ਉਹਨਾਂ ਨੂੰ ਐਜ਼ ਅ ਟ੍ਰੇਨਰ ਹੀ ਵਰਤਦੀਆਂ ਰਹਿੰਦੀਆਂ ਜੀ। ਔਰ ਜਿਹੜੀ ਇੱਕ ਤੁਸੀਂ ਕਹੋ ਨਾ ਕਿ ਇੱਕ ਟਰੱਕਿੰਗ ਦੇ ਵਿੱਚ ਜੇ ਇੱਕ ਜਿਹੜੀ ਗੋਰਿਆਂ ਦੀ ਕਮਿਊਨਿਟੀ ਹੈਗੀ ਆ ਇਹ ਕਿਉਂ ਬੰਦ ਹੋ ਗਈ ਜਾਂ ਕਿਉਂ ਇਹ ਰਿਕਰੂਟ ਨਹੀਂ ਹੋ ਰਹੀ, ਕਿਉਂ ਨਹੀਂ ਆ ਰਹੀ, ਕਿਉਂਕਿ ਇਹ ਜਿਹੜੀਆਂ ਟਰੱਕਿੰਗ ਕੰਪਨੀਆਂ ਰਿਕਰੂਟਮੈਂਟ ਕਰਦੀਆਂ ਇਹ ਟਰੱਕਿੰਗ ਕੰਪਨੀਆਂ ਬਹੁਤ ਸ਼ੋਸ਼ਣ ਕਰਦੀਆਂ ਡਰਾਈਵਰ ਦਾ ਪਹਿਲੇ 6 ਮਹੀਨੇ ਸਾਲ ਤੱਕ ਜੀ। ਤੋ ਉਹ ਜਿਹੜੀ ਉਹ ਵਰਗ ਹੈਗਾ ਉਹਨੂੰ ਇਹ ਟਾਰਗੇਟ ਕਰਕੇ ਇਹ ਜਿਹੜਾ ਕੀਤਾ ਗਿਆ ਹੈਗਾ, ਜੇ ਅਸੀਂ ਇਹਨੂੰ ਚੀਜ਼ ਨੂੰ ਕਿਉਂਕਿ ਦੇਖੋ ਜਿਹੜਾ ਟੋਟਲ ਹੈਗਾ ਜੇ ਹੁਣ ਸਾਡਾ ਡਰਾਈਵਰ ਜਿਹੜਾ ਆ ਉਹ ਵੀਕ ਦਾ ਜੇ $1,500 ਬਣਾ ਰਿਹਾ ਤੇ ਉਹਨੂੰ ਉਹਦੇ ਟੋਟਲ ਆਵਰਸ ਦੇ ਨਾਲ ਜੇ ਡਿਵਾਈਡ ਕਰਕੇ ਦੇਖਿਆ ਜਾਵੇ ਤੇ ਉਹ ਮਿਨੀਮਮ ਵੇਜ ਤੋਂ ਉੱਤੇ ਆਉਂਦਾ। ਸੋ ਲਿਟਰਲੀ ਜਿਹੜੇ ਜਿਹੜੇ ਡਰਾਈਵਰ ਹੈਗੇ ਆ ਜਿਹੜੇ ਲੋਕੀ ਹੈਗੇ ਆ ਜਿਹੜੇ ਕਿ ਬਹੁਤ ਥੱਲੇ ਕੰਮ ਕਰਦੇ ਇਹਨਾਂ ਵੱਡੀਆਂ ਕੰਪਨੀਆਂ CRST ਹੋ ਗਈ ਜਾਂ ਹੋਰ ਕੰਪਨੀਆਂ ਹੋ ਗਈਆਂ ਇਹਨਾਂ ਦੇ ਵਿੱਚ ਜਿਹੜੇ ਕੰਮ ਕਰਦੇ ਉਹਨਾਂ ਦਾ ਕਾਫੀ ਸ਼ੋਸ਼ਣ ਹੁੰਦਾ। ਸੋ ਉਹਨਾਂ ਉਹ ਜਿਹੜਾ ਤਬਕਾ ਹੈਗਾ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਇਹ ਡਿਸੀਜਨ ਦਿੱਤਾ ਗਿਆ ਹੈਗਾ ਤੇ ਕਾਫੀ ਆਪਣੀ ਕਮਿਊਨਿਟੀ ਦੇ ਵਿੱਚ ਵੀ ਇਹ ਮੈਨੂੰ ਕਈ ਵਾਰੀ ਸਵਾਲ ਪੁੱਛਿਆ ਜਾਂਦਾ ਕਿ ਇਹਦਾ ਕੀ ਅਸਰ ਪਊਗਾ ਸਾਡੇ ਤੇ, ਆਪਣੇ ਤੇ ਅਚਲ ਦੇ ਵਿੱਚ ਇਹਦਾ ਕੋਈ ਅਸਰ ਨਹੀਂ ਹੈਗਾ ਕਿਉਂਕਿ ਆਪਾਂ ਉਸ ਕੈਟੇਗਰੀ ਚ ਆਉਂਦੇ ਨਹੀਂ ਹੈਗੇ, ਆਪਾਂ ਆਪਣੀ ਜਿਹੜੀਆਂ ਵੇਜਸ ਹੈਗੀਆਂ ਬੜੀ ਹਾਈ ਹੈਗੀ ਜੀ। ਸੋ ਮੈਨੂੰ ਲੱਗਦਾ ਇਹ LA ਪੋਰਟ ਵਾਲਾ ਵੀ ਜਿਹੜਾ ਸੇਮ ਇਸ਼ੂ ਸੀ ਉਹਦੇ ਵਿੱਚ ਵੀ ਜਦੋਂ ਜਿਹੜੇ ਕੰਟੇਨਰਸ ਵਾਲੇ ਉਹਨਾਂ ਦਾ ਵੀ ਇਹੀ ਹੁੰਦਾ ਸੀ ਵੀ ਸਾਨੂੰ ਬਾਅਦ ਦੇ ਵਿੱਚ ਬਚਦਾ ਕੁਛ ਨਹੀਂ, ਕਿੰਨੇ ਕਿੰਨੇ ਘੰਟੇ ਅਸੀਂ ਖੜੇ ਰਹਿੰਦੇ ਹਾਂ ਪੋਰਟ ਦੇ ਉੱਤੇ। ਹਾਂਜੀ, ਉਹ 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 ਜਿਹੜਾ ਕੰਟੇਨਰ ਪੋਰਟ ਵਾਲਾ ਇਸ਼ੂ ਸੀ ਨਾ ਉਹ ਡਿਫਰੈਂਟ ਸੀਗਾ ਭਾਜੀ ਥੋੜਾ ਜਿਹਾ, ਕਿਉਂਕਿ ਉਹਦੇ ਵਿੱਚ ਇਹ ਸੀਗਾ ਕਿ ਉਹਦੇ ਵਿੱਚ ਲੀਸ ਟਰੱਕ ਜਿਹੜੇ ਸੀ ਕੰਪਨੀਆਂ ਟਰੱਕ ਲੀਸ ਕਰ ਦਿੰਦੀਆਂ ਸੀ ਡਰਾਈਵਰਾਂ ਨੂੰ ਜੀ, ਤੇ ਡਰਾਈਵਰ ਜਿਹੜੇ ਸੀਗੇ ਉਹ ਟਰੱਕ ਦੀ ਪੇਮੈਂਟ ਟਰੱਕ ਦੇ ਖਰਚੇ ਭਰਦੇ ਮਰ ਜਾਂਦੇ ਸੀ, ਪਿੱਛੋਂ ਉਹਨਾਂ ਨੂੰ ਬਚਦਾ ਕੁਛ ਨਹੀਂ ਸੀਗਾ ਕਿਉਂਕਿ ਉਹਨਾਂ ਨੂੰ ਇੱਦਾਂ ਦੇ ਪ੍ਰੋਗਰਾਮਾਂ 'ਚ ਜਕੜ ਲਿਆ ਜਾਂਦਾ ਸੀਗਾ ਕਿ ਇੱਦਾਂ ਦੇ ਕੰਟਰੈਕਟ ਪਾ ਲਿਆ ਜਾਂਦਾ ਸੀ ਜਿਹ 'ਚ ਉਹਨਾਂ ਕੋਲੋਂ ਹੱਦ ਤੋਂ ਜ਼ਿਆਦਾ ਕੰਮ ਕਰਾਇਆ ਜਾਂਦਾ ਸੀਗਾ। ਸੋ ਉਹਨਾਂ ਦਾ ਜਿਹੜਾ ਕੇਸ ਸੀਗਾ ਉਹ ਥੋੜ੍ਹਾ ਜਿਹਾ ਡਿਫਰੈਂਟ ਸੀਗਾ, ਪਰ ਡੈਫੀਨੇਟਲੀ ਸਾਰਾ ਇਹ ਵੇਜਸ ਦੇ ਉੱਤੇ ਆਣ ਕੇ ਗੱਲ ਠਹਿਰਦੀ ਆ। ਸੋ ਇਹ ਜਿਹੜੀ ਮੈਨੀਪੂਲੇਸ਼ਨ ਹੈਗੀ ਆ ਇਹ ਮੇਰੇ ਖਿਆਲ ਇਹ ਵੀ ਇੱਕ ਰੀਜ਼ਨ ਹੈਗਾ ਕਿ ਜਿਹੜੀ ਦੂਜੀ ਕਮਿਊਨਿਟੀ ਆ ਜਾਂ ਜਿਹੜੀ ਯੂ ਨੋ ਮੇਨ ਆਪਣੀ ਮੇਨ ਸਟ੍ਰੀਮ ਜੀ ਐਕਟਿਵ ਆ ਉਹ ਪੂਰੇ ਜੀ, ਉਹ ਉਹਦੇ ਵਿੱਚ ਡਰਾਈਵਰਸ ਕਿਉਂ ਨਹੀਂ ਆ ਰਹੇ ਅੱਗੇ, ਕਿਉਂਕਿ ਉਹਨਾਂ ਦਾ ਅੰਦਰ ਐਂਟਰੈਂਸ ਜਿਹੜੀ ਆ ਟਰੱਕਿੰਗ ਇੰਡਸਟਰੀ ਦੇ ਵਿੱਚ ਐਂਟਰੈਂਸ ਜਿਹੜੀ ਆ ਉਹ ਬਹੁਤ ਹਾਰਡ ਹੈ ਉੱਧਰ ਜੀ। ਆਪਣੇ ਵਾਲੇ ਪਾਸੇ ਆਪਾਂ 6 ਮਹੀਨੇ ਟਰੱਕ ਚਲਾਉਂਦੇ ਹਾਂ ਆਪਾਂ ਵਧੀਆ ਗੁੱਡ ਪੇ ਲੈਂਦੇ ਹਾਂ, ਆਪਾਂ 6 ਮਹੀਨੇ ਸਾਲ ਚਲਾ ਕੇ ਆਪਾਂ ਮੁੜ ਕੇ ਆਪਣਾ ਟਰੱਕ ਲੈਂਦੇ ਹਾਂ, ਪਰ ਇਹ ਆਪਣੀ ਮੇਨ ਸਟ੍ਰੀਮ ਟਰੱਕਿੰਗ ਇੰਡਸਟਰੀ ਦੇ ਵਿੱਚ ਇਹ ਜਿਹੜੀ ਚੀਜ਼ ਹੈ ਇਹ ਤੁਸੀਂ ਉਹਨਾਂ ਨਾਲ ਗੱਲ ਕਰੋ ਤੇ ਉਹ ਹੈਰਾਨ ਹੋ ਜਾਂਦੇ ਆ ਕਿ ਤੁਸੀਂ 1 ਸਾਲ ਦੇ ਵਿੱਚ 2 ਸਾਲਾਂ ਦੇ ਵਿੱਚ ਆਪਣਾ ਟਰੱਕ ਕਿੱਦਾਂ ਲੈ ਲਿਆ ਜੀ ਜੀ।
ਸੋ ਬਿਲਕੁਲ। ਸੋ ਰਮਨ ਜੀ, ਆਪਾਂ ਇੱਕ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ, ਅਤੇ ਸਰੋਤੇ ਇਸੇ ਤਰ੍ਹਾਂ ਜੁੜੇ ਰਹੋ। ਬ੍ਰੇਕ ਤੋਂ ਬਾਅਦ ਫਿਰ ਹੋਰ ਆਪਾਂ ਟ੍ਰੈਕਿੰਗ ਨਾਲ ਰਿਲੇਟਡ ਜਿਹੜੀਆਂ ਕਾਫੀ ਇੰਪੋਰਟੈਂਟ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ। ਆਮੀ ਮਿੱਤਰਾ, ਹੋ ਗਿਆ ਲੋਨ ਘਰ ਦਾ? ਕਿੱਥੇ ਹੋਇਆ ਯਾਰ, ਏਜੰਟ ਫੜ ਮਾਰ ਗਿਆ। ਕਹਿੰਦਾ ਸੀ ਮੈਂ ਆਪੇ ਕਰਵਾ ਦੂ ਲੋਨ, ਹੁਣ ਉਹਦੇ ਕੋਲੋਂ ਲੋਨ ਕਰਵਾ ਨਹੀਂ ਹੋਇਆ। ਡਰ ਇਹ ਆ ਕਿ ਪਸੰਦ ਆਇਆ ਘਰ ਕਿਤੇ ਹੱਥੋਂ ਨਾ ਨਿਕਲ ਜਾਵੇ। ਤੂੰ ਕਾਲ ਕਰ ਰੇਟਬੀਟ ਮੌਰਗੇਜ ਵਾਲਿਆਂ ਨੂੰ 877-877-7575 ਤੇ, ਜਿਸ ਦਾ ਕੰਮ ਉਸੀ ਕੋ ਸਾਜੇ। ਬੰਦਾ ਇੱਕ ਕੰਮ 'ਚ ਮਾਹਰ ਹੋਣਾ ਚਾਹੀਦਾ। ਇਹ ਤਾਂ ਗੱਲ ਸਹੀ ਹੈ ਯਾਰ, ਰੇਟਬੀਟ ਮੌਰਗੇਜ ਵਾਲੇ ਤੇਰੇ ਘਰ ਦਾ ਲੋਨ ਪੱਕਾ ਕਰਵਾ ਕੇ ਦੇਣਗੇ, ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ। ਕ੍ਰੈਡਿਟ ਸਕੋਰ ਭਾਵੇਂ ਘੱਟ ਵੀ ਹੋਵੇ, ਲੋਨ ਪੱਕਾ ਕਰਵਾਉਣਗੇ ਤੇ ਦਿਵਾਉਣਗੇ ਵੀ ਬੈਸਟ ਇੰਟਰਸਟ ਰੇਟ। ਅੱਜ ਹੀ ਕਾਲ ਕਰ ਰੇਟਬੀਟ ਮੌਰਗੇਜ 877-877-7575 408-272-2500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਸ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ, ਨੰਬਰ 0F89805। ਹਾਂਜੀ, ਦੇਖੋ 1300 to 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫੇਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸਾਂਭਿਆ ਜਾਣਾ। ਮਿਰਾਜ ਫੋਰ ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300-1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਹੈ No. 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਅੰਸ। ਫਾਰ ਮੋਰ ਇਨਫੋਰਮੇਸ਼ਨ ਕਾਲ ਰਾਜਾ ਸਿੰਘ 9168656659 ਜਾਂ ਪਰਮਪ੍ਰੀਤ ਸਿੰਘ ਡੱਡੀ 6615103143। ਬਾਈ ਨਵੀਂ ਮਸਟੈਂਗ ਕਢਾਈ ਆ, ਹੁਣ ਤੇਰੀ ਗੱਡੀ ਵਾਂਗੂ ਕਸਟਮ ਰਿਮ ਤੇ ਚੌੜੇ ਜੇ ਟਾਇਰ ਪਵਾਉਣੇ ਆ, ਫਿਰ ਗੱਡੀ ਦੀ ਟੌਰ ਵੱਧ ਜੂ। ਤੂੰ ਸਿਟਰਸ ਹਾਈਟਸ ਵਿੱਚ S&S ਟਾਇਰਸ ਵਾਲੇ ਅਮਰਪਾਲ ਸਿੰਘ ਹੁਣਾਂ ਕੋਲ ਜਾ, ਮੈਂ ਵੀ ਉਹਨਾਂ ਕੋਲੋਂ ਹੀ ਪਵਾਏ ਸੀ। S&S ਟਾਇਰਸ ਹਰ ਕਾਰ ਲਈ ਕਸਟਮ ਵੀਲ ਵੇਚਦੇ ਹਨ। ਸਾਰੇ ਟਾਇਰ ਬ੍ਰਾਂਡਸ ਅਵੇਲੇਬਲ ਹਨ ਅਤੇ ਨਵੇਂ ਪਿਕਅਪ ਟਰੱਕਸ ਦੇ ਲੈਵਲਿੰਗ ਕਿੱਟਸ, ਲਿਫਟ ਕਿੱਟਸ ਦੇ ਵਿੱਚ ਵੀ ਮੁਹਾਰਤ ਹਾਸਲ ਹੈ। 4 ਟਾਇਰ ਖਰੀਦਣ ਤੇ ਫ੍ਰੀ ਟਾਇਰ ਰੋਟੇਸ਼ਨ ਅਤੇ ਫਲੈਟ ਟਾਇਰ ਰਿਪੇਅਰ। ਐਡਰੈਸ 7441 ਆਬਨ ਬੋਲੇਵਾਰਡ, ਸਿਟਰਸ ਹਾਈਟਸ। ਹੋਰ ਜਾਣਕਾਰੀ ਲਈ ਕਾਲ ਅਮਰਪਾਲ ਸਿੰਘ 916-728-4100, 9167284100। S&S ਟਾਇਰਸ। ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਭਰਨ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ। ਇਸ ਦੇ ਵਿੱਚ ਮਦਦ ਦੇ ਲਈ ਹੋਰ ਜਾਣਕਾਰੀ ਲਈ ਕਾਲ ਖਾਲਸਾ ਇੰਸ਼ੋਰੈਂਸ 408-272-2500। ਕਿੱਦਾਂ ਵੀ ਨਿਮੇ ਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋ ਏਰੀਆ ਹੀ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ, ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਰ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਓਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916-686-2664, 916-686-2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ, ਐਲਗਰੋ, ਕੈਲੀਫੋਰਨੀਆ। ਸੈਕਰਾਮੈਂਟੋ ਏਰੀਆ ਦੇ ਵਿੱਚ ਸੰਦੀਪ ਕੌਰ ਜੀ ਲੈ ਕੇ ਆਏ ਹਨ ਇੰਸ਼ੋਰੈਂਸ ਦੀਆਂ ਢੇਰ ਸਾਰੀਆਂ ਸੇਵਾਵਾਂ। ਸੰਦੀਪ ਕੌਰ ਜੀ ਕਰਦੇ ਹਨ ਆਟੋ, ਹੋਮ, ਬਿਜ਼ਨਸ ਲਾਈਫ ਅਤੇ ਵਰਕਰਸ ਕੌਮ ਇੰਸ਼ੋਰੈਂਸ। ਇਹਨਾਂ ਦਾ ਭਰੋਸੇਯੋਗ ਸਟਾਫ, ਸਰਟੀਫਾਈਡ ਕਵਰਡ ਕੈਲੀਫੋਰਨੀਆ ਏਜੰਟ ਮਦਦ ਕਰਦਾ ਹੈ ਹੈਲਥ ਅਤੇ ਡੈਂਟਲ ਪਲਾਨ ਦੇ ਵਿੱਚ। ਐਨਰੋਲਮੈਂਟ ਨਵੰਬਰ 'ਚ ਸ਼ੁਰੂ ਹੋਣ ਜਾ ਰਹੀਆਂ ਹਨ। ਇੰਸ਼ੋਰੈਂਸ ਦੇ ਕਿਸੇ ਵੀ ਤਰ੍ਹਾਂ ਦੇ ਪਲਾਨ ਦੇ ਲਈ ਅੱਜ ਹੀ ਗੱਲ ਕਰ ਸਕਦੇ ਹੋ।
ਸੰਦੀਪ ਕੌਰ ਫਾਰਮਰਸ ਇੰਸ਼ੋਰੈਂਸ 9162513039 9162513039 ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 408-272-2500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਸ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਗੱਲ ਵੰਗ ਦੀ ਕਰਾਂ ਜਾਂ ਤੇਰੀ ਸੰਗ ਦੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਜੱਸੀ ਸੋਲ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਸਰੋਤਿਆਂ ਨੂੰ ਇੱਕ ਵਾਰੀ ਫਿਰ ਬ੍ਰੇਕ ਤੋਂ ਬਾਅਦ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਰਮਨ ਸਿੰਘ ਢਿੱਲੋਂ ਜੀ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਜਦੋਂ ਦਾ ਜਨਰਲ ਮੋਟਰਸ ਨੇ ਅਨਾਊਂਸ ਕੀਤਾ ਨਵੰਬਰ 26 ਨੂੰ ਵੀ ਉਹ ਜਿਹੜੇ ਆ ਆਪਣੇ ਆਟੋ ਅਸੈਂਬਲੀ ਪਲਾਂਟਸ ਜਿਹੜੇ ਆ ਉਹ ਬੰਦ ਕਰਨ ਜਾ ਰਹੇ ਲਗਭਗ 5 ਦੇ ਕਰੀਬ, ਤੇ 3 ਸਟੇਟਾਂ ਦੇ ਜਿਹੜੇ ਕੈਰੀਅਰਸ ਆ ਉਹਨਾਂ ਨੂੰ ਖਾਸ ਕਰਕੇ ਮਿਸ਼ੀਗਨ, ਓਹਾਇਓ ਤੇ ਓਨਟੈਰੀਓ, ਉਹਨਾਂ ਨੂੰ ਬੜਾ ਵਕਤ ਪਿਆ ਹੋਇਆ ਉਦਣ ਦਾ। ਜੀ ਬਿਲਕੁਲ ਜੀ, ਇਹ ਜਿਹੜਾ ਕਾਫੀ ਜਿਹੜਾ ਫਰੇਟ ਸਰਵਿਸਿਜ਼ ਜਿਹੜੀਆਂ ਇਹ ਟਰਾਂਸਪੋਰਟ ਕੰਪਨੀਜ਼ ਜਿਹੜੀਆਂ ਇਹਨਾਂ ਤੇ ਨਾ ਸਟੇਟ ਦੇ ਵਿੱਚੋਂ ਪ੍ਰੋਵਾਈਡ ਕਰਦੀਆਂ ਸੀਗੀਆਂ, ਥਰਡ ਪਾਰਟੀ ਲੋਜਿਸਟਿਕ ਜਿਹੜੀ ਸੀ, ਰੀਜਨਲ ਸਰਵਿਸਿਜ਼ ਜਿਹੜੀਆਂ ਸੀਗੀਆਂ ਪ੍ਰੋਵਾਈਡ ਕਰਦੀਆਂ ਸੀਗੀਆਂ, ਉਹ ਕਾਫੀ ਇੱਕ ਬੜਾ ਵੱਡਾ ਜਿਹੜਾ ਸੈਟਬੈਕ ਉਸ ਏਰੀਏ ਨੂੰ ਫਿਰ ਦੁਬਾਰਾ ਲੱਗਾ ਹੈਗਾ, ਕਿਉਂਕਿ ਇਹ 5 ਜਿਹੜੇ ਅਸੈਂਬਲੀ ਪਲਾਂਟਸ ਹੈਗੇ ਆ, ਇਹਦੇ ਵਿੱਚ 2 ਓਨਟਾਰੀਓ ਸਟੇਟ ਦੇ ਵਿੱਚ, ਉੱਧਰ ਕੈਨੇਡਾ ਦੇ ਵਿੱਚ ਹੈਗੇ ਆ, 2 ਜਾਂ 3 ਉੱਧਰ ਤੇ ਇੱਧਰ। ਸੋ ਇਹ ਕਾਫੀ ਜਿਹੜਾ ਇਫੈਕਟ ਹੈਗਾ ਆ ਲੋਕਲ ਜਿਹੜੀ ਟਰੱਕਿੰਗ ਇੰਡਸਟਰੀ ਹੈਗਾ ਉਹਨੂੰ ਕਾਫੀ ਫਰਕ ਪੈ ਰਿਹਾ, ਤੇ ਡੈਫੀਨੇਟਲੀ ਉਹਨਾਂ ਨੇ ਲੇਟਲੀ GM ਨੂੰ ਕਨਫਰੰਟ ਵੀ ਕੀਤਾ ਇਹਦੇ ਉੱਤੇ, ਪਰ ਅੱਗੇ ਆਉਣ ਵਾਲਾ ਸਮਾਂ ਹੀ ਦੱਸੇਗਾ, ਕਿਉਂਕਿ ਕਾਫੀ ਜਿਹੜੇ ਇਹ ਪਲਾਂਟਸ ਹੈਗੇ ਆ ਕਾਫੀ ਬਿਜ਼ੀ ਰੱਖਦੇ ਸੀ ਲੋਕਲ ਇੰਡਸਟਰੀ ਨੂੰ, ਲੋਕਲ ਟਰੱਕਿੰਗ ਇੰਡਸਟਰੀ ਨੂੰ। ਸੋ ਡੈਫੀਨੇਟਲੀ ਜਿਹੜਾ ਥੋੜਾ ਜਿਹਾ ਅਸਰ ਆ ਜੀ। ਸੋ ਬਿਲਕੁਲ, ਸੋ ਇਹਦੇ ਸੰਬੰਧ ਵਿੱਚ ਇੱਕ ਜਿਹੜੀ ਲੋਜਿਸਟਿਕਸ ਕੰਪਨੀ ਹੈਗੀ ਆ ਯੂਨੀਵਰਸਲ ਲੋਜਿਸਟਿਕਸ ਹੋਲਡਿੰਗ, ਅਤੇ ਉਹ ਕਹਿੰਦੇ ਵੀ ਉਹਨਾਂ ਦਾ ਬਿਜ਼ਨਸ ਇੰਨਾ ਸੀ ਲਗਭਗ 22,005,30,000 ਦਾ ਜਿਹੜਾ ਉਹਨਾਂ ਦਾ ਬਿਜ਼ਨਸ ਸੀਗਾ, ਅਤੇ ਉਹ ਹੁਣ ਜਿਹੜਾ ਆ ਇਹਨਾਂ ਨੂੰ ਬਹੁਤ ਜ਼ਿਆਦਾ ਅਸਰ ਪਊਗਾ ਆਉਣ ਵਾਲੇ ਸਮੇਂ 'ਚ। ਅਤੇ ਅਗਲੀ ਖਬਰ ਵੱਲ ਚੱਲੀਏ ਜਿਹੜੇ ਟਰੱਕਿੰਗ ਨਾਲ, ਜਿਸ ਤਰ੍ਹਾਂ ਆਪਾਂ ਕਾਰਵ ਦੀ ਗੱਲ ਵੀ ਕਰਦੇ ਸੀ ਵੀ ਬਹੁਤ ਸਾਰੇ ਜਿਹੜੇ ਟਰੱਕਸ ਆ ਉਹ ਉਹਨਾਂ ਦੇ ਜਿਹੜੇ ਰਜਿਸਟ੍ਰੇਸ਼ਨ ਰਿਨਿਊਲ ਨਹੀਂ ਹੋਣੀ, ਅਤੇ ਇਨਫੋਰਸਮੈਂਟ ਕਰਨ ਦੇ ਲਈ ਕਈ ਉਹ ਫੰਡਿੰਗ ਵੀ ਕਰ ਰਹੇ ਹੈਗੇ ਆ ਕੁਛ ਨਾ ਕੁਛ। ਜੀ ਬਿਲਕੁਲ, ਇਹਦਾ ਜਿਹੜਾ ਫੰਡਿੰਗ ਹੈਗੀ ਆ ਉਹਦੇ 'ਤੇ ਵੀ ਉਹਨਾਂ ਨੇ ਜਿਹੜੀ ਇਨਫੋਰਸਮੈਂਟ ਦੇ ਵਿੱਚ ਸਾਰਾ ਦੱਸ ਰਹੇ ਹੈਗੇ ਆ ਕਿ ਜਿਹੜੇ ਇਹਨਾਂ ਦੇ ਕਾਰ ਦੇ ਇਵੈਂਟਸ ਹੁੰਦੇ ਆ, ਮੈਂ ਇੱਕ ਡੈਫੀਨੇਟਲੀ ਇਵੈਂਟ ਜਿਹੜਾ ਜਨਵਰੀ ਦੇ ਵਿੱਚ ਆ ਰਿਹਾ ਸਾਡੇ ਕਰਮਨ ਦੇ ਵਿੱਚ, ਇੱਥੇ ਫ੍ਰਿਜ਼ਨੋ ਦੇ ਲਾਗੇ ਕਰਮਨ ਦੇ ਵਿੱਚ ਕਾਰ ਦਾ ਇਵੈਂਟ ਹੈਗਾ। ਸੋ ਜੇ ਤੁਸੀਂ ਜਿਹੜਾ ਕਾਰ ਦੇ ਨਾਲ ਗੱਲ ਕਰਨੀ ਚਾਹੁੰਦੇ ਆ ਜਾਂ ਉਹਨਾਂ ਦੇ ਨਾਲ ਕੋਈ ਵੀ ਤੁਹਾਡੀ ਪ੍ਰੋਬਲਮ ਹੈਗੀ, ਇਸ਼ੂ ਹੈਗਾ, ਤੁਸੀਂ ਸਾਂਝਾ ਕਰਨਾ ਚਾਹੁੰਦੇ ਆ, ਤੇ ਡੈਫੀਨੇਟਲੀ ਅਸੀਂ ਉਸ ਇਵੈਂਟ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਜਲਦੀ ਅਪਡੇਟ ਕਰਾਂਗੇ ਆਪਣੀ ਸਾਈਟ 'ਤੇ ਵੀ ਅਤੇ ਆਪਣੇ ਆਪਣੀ ਫੇਸਬੁੱਕ 'ਤੇ ਵੀ, ਪੰਜਾਬੀ ਰੇਡੀਓ USA ਦੀ ਫੇਸਬੁੱਕ 'ਤੇ ਵੀ ਅਸੀਂ ਉਹ ਜਿਹੜਾ ਇਵੈਂਟ ਹੈ ਉਹ ਸਾਂਝਾ ਕਰਾਂਗੇ ਤਾਂ ਕਿ ਤੁਸੀਂ ਉੱਥੇ ਪਹੁੰਚ ਸਕੋ ਅਤੇ ਉੱਥੇ 1-to-1 ਬੇਸਿਸ ਦੇ ਉੱਤੇ ਤੁਹਾਡੇ ਨਾਲ ਤੁਹਾਡੇ ਇਸ਼ੂ ਦੇ ਉੱਤੇ ਬੈਠ ਕੇ ਇਕੱਲਿਆਂ ਨਾਲ ਉਹ ਸਲਾਹ ਮਸ਼ਵਰਾ ਕੀਤਾ ਜਾ ਸਕਦਾ ਉਹਨਾਂ ਨਾਲ ਵੀ ਤੁਸੀਂ ਕਿਵੇਂ ਇਸ ਸਿਚੁਏਸ਼ਨ 'ਚੋਂ ਨਿਕਲ ਸਕਦੇ ਹਾਂ ਔਰ ਕਿਵੇਂ ਤੁਸੀਂ ਜੇ ਫੰਡਿੰਗ ਹੈ ਜਾਂ ਤੁਹਾਨੂੰ ਲੋਨ ਦੀ ਹੈਲਪ ਚਾਹੀਦੀ ਹੈ ਜਾਂ ਕੁਛ ਵੀ ਚਾਹੀਦਾ ਉਹ ਤੁਹਾਨੂੰ ਮਿਲ ਸਕਦੀ ਆ ਕਾਰ ਦੇ ਅੰਡਰ। ਤੇ ਇਹ ਜਿਹੜੀ ਚੀਜ਼ ਆ ਇਹ ਆਉਣ ਵਾਲੇ ਸਮੇਂ ਦੇ ਜਿਹੜੇ ਇਵੈਂਟ ਹੈਗੇ ਉਹਨਾਂ ਦੇ ਵਿੱਚ ਜ਼ਰੂਰ ਸਾਂਝੀ ਕਰਾਂਗੇ। ਤੇ ਇਹ ਇੱਕ ਤੁਹਾਨੂੰ ਜਿਹੜੀ ਇਹਦੇ ਵਿੱਚ ਨਾ ਖਾਲਸਾ ਜੀ ਮੈਂ ਗੱਲ ਦੱਸਾਂ ਕਿ ਜਿਹੜੀ ਇੱਕ ਹੈਗੀ ਆ 1 ਜਨਵਰੀ 2020 ਜੀ ਇਹ ਕਾਰਵ ਦਾ ਬੜੇ ਚਿਰ ਤੋਂ ਇਹ ਅਸੀਂ ਅਪੋਜ਼ ਵੀ ਕਰਦੇ ਰਹੇ ਹਾਂ ਕਾਰਵ ਨੂੰ ਔਰ ਕਹਿੰਦੇ ਵੀ ਰਹੇ ਹਾਂ ਕਿ ਇਹ ਦੇਖਣ ਨੂੰ ਇਹ 2020 ਲੱਗ ਰਿਹਾ ਜੀ 2020 ਦੇ ਵਿੱਚ, ਪਰ ਐਕਚੁਅਲ ਦੇ ਵਿੱਚ ਜਿਹੜੀ ਤਰੀਕ ਆ ਉਹ 31 ਦਸੰਬਰ 2019 ਆ ਜੀ। ਸੋ 2020 ਲਿਖਣ ਨੂੰ ਉਹ ਲੱਗਦਾ ਕਿ 2020 ਈਅਰ ਦੇ ਵਿੱਚ ਗੱਲ ਹੋਊਗੀ, ਚਲੋ ਦੂਰ ਆ, ਪਰ ਇਹ ਸਿਰਫ ਤੇ ਸਿਰਫ ਆ ਅਗਲਾ ਸਾਲ ਹੀ ਵਿੱਚ ਬਚਿਆ ਆ। ਸੋ ਇਹਦੇ ਵਿੱਚ ਜਿਹੜਾ ਆ
ਇਹ ਜ਼ਿਆਦਾ ਸਮਾਂ ਨਹੀਂ ਹੈਗਾ। ਤੇ ਇਹਦੇ ਨਾਲ ਨਾਲ ਹਰਜੋਤ ਭਾਜੀ ਮੈਂ ਇੱਕ ਹੋਰ ਚੀਜ਼ ਸਾਂਝੀ ਕਰ ਰਿਹਾ ਕਿ ਜਿਹੜੀ ਇਸ ਵੇਲੇ ਨਵੀਆਂ ਕੰਪਨੀਆਂ ਰਜਿਸਟਰ ਹੋ ਰਹੀਆਂ, ਜਿਹੜੀਆਂ ਕਿ ਬਹੁਤ ਜ਼ਿਆਦਾ ਨਵੀਆਂ ਕੰਪਨੀਆਂ ਰਜਿਸਟਰ ਕਰ ਰਹੇ ਆ, ਔਰ ਜੇ ਕਿਸੇ ਦੀ ਨਵੀਂ ਕੰਪਨੀ ਦੀ ਰਜਿਸਟ੍ਰੇਸ਼ਨ ਹੋਲਡ ਤੇ ਪਈ ਆ ਜਾਂ ਉਹ ਐਕਟੀਵੇਟ ਨਹੀਂ ਹੋ ਰਹੀ ਤੇ ਇੱਕ ਨਵਾਂ ਜਿਹੜਾ ਇਸ਼ੂ ਹੈਗਾ ਉਹ ਉੱਭਰ ਕੇ ਸਾਹਮਣੇ ਆਇਆ ਲੇਟਲੀ। ਮੇਰੀ ਆਪਣੇ ਨਾਪਟਾ ਦੇ ਪਾਰਟਨਰਸ ਹੈਗੇ ਆ ਜਿਹੜੇ ਸਾਡੇ ਵੈਂਡਰਸ ਹੈਗੇ ਉਹਨਾਂ ਨਾਲ ਗੱਲਬਾਤ ਹੋਈ ਆ ਤੇ ਉਹਦੇ ਵਿੱਚ ਪਤਾ ਲੱਗਿਆ ਹੈ ਕਿ ਜਿਹੜੇ ਜਦੋਂ ਤੁਸੀਂ ਨਵੀਂ ਆਪਣੀ ਐਮ ਸੀ ਨੰਬਰ ਦੀ ਐਪਲੀਕੇਸ਼ਨ ਭਰਦੇ ਆ ਤੇ ਉਹਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਕਿ ਤੁਸੀਂ ਈ ਐਲ ਡੀ ਯੂਜ ਕਰਨੀ ਆ ਜਾਂ ਏ ਓ ਬੀ ਆਰ ਡੀ ਜੀ। ਸੋ ਉਹ ਕੁਐਸਚਨ ਦੇ ਵਿੱਚ ਮੈਨੂੰ ਲੱਗਦਾ ਕਿ ਜਿਹੜਾ ਸਾਰੇ ਜਿੰਨੀਆਂ ਹੋਲਡ ਅਪ ਹੋ ਰਹੇ ਆ ਜੇ ਤੁਸੀਂ ਉਸ ਕੁਐਸਚਨ ਦੇ ਉਸ ਕੁਐਸਚਨ ਦਾ ਆਨਸਰ ਦਿੰਦੇ ਏ ਓ ਬੀ ਆਰ ਡੀ ਤੇ ਤੁਹਾਡੀ ਜਿਹੜੀ ਆ ਐਮ ਸੀ ਦੀ ਰਜਿਸਟ੍ਰੇਸ਼ਨ ਆ ਉਹ ਹੋਲਡ ਤੇ ਪੈ ਜਾਂਦੀ ਆ, ਉਹ ਮੂਵ ਫਾਰਵਰਡ ਨਹੀਂ ਹੁੰਦੀ ਕਿਉਂਕਿ ਤੁਹਾਨੂੰ ਤੁਸੀਂ ਜੇ ਅੱਜ ਐਮ ਸੀ ਨੰਬਰ ਅਪਲਾਈ ਕਰ ਰਹੇ ਆ ਤੇ ਤੁਹਾਨੂੰ ਏ ਓ ਬੀ ਆਰ ਡੀ ਨਹੀਂ ਯੂਜ਼ ਕਰ ਸਕਦੇ, ਤੁਸੀਂ ਤੁਹਾਨੂੰ ਸਿਰਫ ਈ ਐਲ ਡੀ ਹੀ ਯੂਜ਼ ਕਰਨੀ ਪਊਗੀ। ਸੋ ਉਹ ਕਈ ਬੰਦੇ ਹੈਗੇ ਆ ਜਿਹੜੇ ਕਿ ਇਹ ਕਹਿ ਦਿੰਦੇ ਆ ਕਿ ਈ ਐਲ ਡੀ ਨਹੀਂ ਯੂਜ਼ ਕਰਨੀ, ਆਪਾਂ ਏ ਓ ਬੀ ਆਰ ਡੀ ਯੂਜ਼ ਕਰਾਂਗੇ ਤੇ ਜੇ ਅਸੀਂ ਕਹਿ ਦਈਏ ਤੇ ਅਸੀਂ ਏ ਓ ਬੀ ਆਰ ਡੀ ਯੂਜ਼ ਕਰਾਂਗੇ, ਉਹ ਸਾਡਾ ਸਾਡਾ ਸੁਝਾਅ ਪੁੱਛ ਰਿਹਾ, ਸੁਝਾਅ ਨਹੀਂ ਉਹ ਤੁਹਾਨੂੰ ਦੇਖ ਰਿਹਾ ਕਿ ਤੁਸੀਂ ਕੀ ਕਰੋਗੇ। ਸੋ ਜੇ ਤੁਸੀਂ ਏ ਓ ਬੀ ਆਰ ਡੀ ਚੈੱਕ ਮਾਰਕ ਕਰਦੇ ਆ ਤੇ ਤੁਹਾਡੀ ਐਮ ਸੀ ਨੰਬਰ ਜਿਹੜਾ ਆ ਉਹ ਹੋਲਡ ਤੇ ਪੈ ਜਾਂਦਾ ਆ, ਉਹ ਮੂਵ ਫਾਰਵਰਡ ਨਹੀਂ ਹੁੰਦਾ। ਸੋ ਪਲੀਜ਼ ਜਿਹੜੇ ਵੀ ਨਵੀਆਂ ਐਮ ਸੀ ਫਾਈਲ ਕਰ ਰਹੇ ਆ ਮੇਕ ਸ਼ੋਰ ਉੱਥੇ ਕੁਐਸਚਨ ਦੇ ਉੱਤੇ ਤੁਸੀਂ ਈ ਐਲ ਡੀ ਮਾਰਕ ਕਰਨਾ ਆ ਨਾ ਕਿ ਏ ਓ ਬੀ ਆਰ ਡੀ, ਕਿਉਂਕਿ ਜੇ ਨਵੀਂ ਕੰਪਨੀ ਹੁਣ ਖੋਲ ਰਹੇ ਆ ਉਹ ਏ ਓ ਬੀ ਆਰ ਡੀ ਡੈਫੀਨੇਟਲੀ ਨਹੀਂ ਯੂਜ਼ ਕਰ ਸਕਦੀ, ਉਹ ਸਿਰਫ ਤੇ ਸਿਰਫ ਈ ਐਲ ਡੀ ਯੂਜ਼ ਕਰ ਸਕਦੀ ਆ ਜੀ। ਤੇ ਬਿਲਕੁਲ ਅਗਲੀ ਖਬਰ ਵੱਲ ਚੱਲੀਏ, ਜਿਹੜੀ ਡੀ ਈ ਏ ਆ ਉਹਨਾਂ ਵੱਲੋਂ ਇੱਕ ਜਿਹੜੀ ਆ ਟਰੱਕਿੰਗ ਕੰਪਨੀ ਆ ਉਹਨੂੰ ਜਿਹੜਾ ਉਹ ਕਾਫੀ 2 ਸਾਲਾਂ ਦੇ ਉੱਤੋਂ ਕਹਿੰਦੇ ਵੀ ਇਨਵੈਸਟੀਗੇਟ ਕਰ ਰਹੇ ਸੀ ਅਤੇ ਉਹਨਾਂ ਨੇ ਕੰਪਨੀ ਦੇ ਜਿਹੜੇ ਮਾਲਕ ਹੈਗੇ ਆ ਹਾਵੀਅਰ ਓਕਿਓਜ਼, ਇਹ ਜਿਹੜੀ ਆ ਓਕਿਓਜ਼ ਬ੍ਰਦਰ ਟਰੱਕਿੰਗ ਆ ਉਹਨੂੰ ਅਰੈਸਟ ਕੀਤਾ। ਕਹਿੰਦੇ ਵੀ ਉਹ ਟਰੱਕਿੰਗ ਕੰਪਨੀ ਇਸ ਹਿਸਾਬ ਨਾਲ ਚਲਾ ਰਿਹਾ ਸੀ, 2 ਓਪਰੇਸ਼ਨ ਚਲਾ ਰਿਹਾ ਸੀ, ਇੱਕ ਤਾਂ ਰੈਗੂਲਰ ਟਰੱਕਿੰਗ ਚੱਲ ਰਹੀ ਸੀ ਅਤੇ ਦੂਜੇ ਪਾਸੇ ਜਿਹੜੀ ਆ ਉਹ ਡਰੱਗ ਜਿਹੜੀ ਆ ਮੈਥ ਉਹ ਡਿਸਟ੍ਰੀਬਿਊਟ ਕਰਦਾ ਸੀ। ਸੋ 500 ਗ੍ਰਾਮ ਦੇ ਡਰੱਗ ਦੇ ਜਿਹੜੇ ਉਹ ਪੈਕੇਟ ਜਿਹੜੇ ਡਿਲੀਵਰ ਕਰਦਾ ਸੀ ਅਤੇ ਉਹਨਾਂ ਡੀ ਈ ਏਜੰਟਸ ਨੇ ਜਿਹੜਾ ਜੂਨ 2017 ਤੋਂ ਲੈ ਕੇ ਹੁਣ ਤੱਕ ਉਹਦੀ ਇਨਵੈਸਟੀਗੇਸ਼ਨ ਕੀਤੀ ਅਤੇ ਖੁਦ ਉਹਨਾਂ ਨੇ ਜਿਹੜੀ ਆ ਉਸ ਤੋਂ ਡਰੱਗ ਬਾਈ ਕੀਤੀ 70 ਪਾਉਂਡ ਦੇ ਕਰੀਬ ਵੀ ਅਤੇ ਉਹਨੂੰ ਹੁਣ ਜਿਹੜਾ ਆ ਅਰੈਸਟ ਕੀਤਾ ਗਿਆ ਹੈਗਾ ਆ। ਉਹਦੇ ਕੋਲੋਂ ਕਹਿੰਦੇ ਸੈਮੀ ਆਟੋਮੈਟਿਕ ਰਾਈਫਲ, ਕੋਕੀਨ, 80,000 ਕੈਸ਼, 10 ਪਾਉਂਡ ਮੈਥ, ਇਸ ਤਰ੍ਹਾਂ ਦਾ ਜਿਹੜਾ ਆ ਮਟੀਰੀਅਲ ਰਿਸੀਵ ਕੀਤਾ ਗਿਆ ਹੈਗਾ ਆ। ਅਤੇ ਅਗਲੀ ਖਬਰ ਵੱਲ ਚੱਲੀਏ ਰਮਨ ਜੀ, ਜਿਹੜੀ ਈ ਐਲ ਡੀ ਅਤੇ ਜਿਹੜੇ ਲਾਈਵ ਸਟੋਕ ਹੋਲਡਰਸ ਆ ਉਹਨਾਂ ਨੂੰ ਥੋੜ੍ਹੀ ਬਹੁਤੀ ਰਾਹਤ ਮਿਲੀ ਆ। ਹਾਂਜੀ, ਜਿਹੜੀ ਈ ਐਲ ਡੀ ਦੇ ਵਿੱਚ ਲਾਈਵ ਸਟਾਕ ਹੋਲਡਰ ਹੈ ਜਾਂ ਬੀ ਹੋਲਡਰ ਹੈ ਜਿਹੜੇ ਮੱਖੀਆਂ ਜਿਹੜੀਆਂ ਸ਼ਹਿਦ ਵਾਲੀਆਂ ਮੱਖੀਆਂ ਉਹ ਕੈਰੀ ਕਰਦੇ ਅਰਾਊਂਡ ਥਰੂ ਆਊਟ ਯੂ ਐਸ ਏ, ਕਾਫੀ ਵੱਡਾ ਬਿਜ਼ਨਸ ਹੈਗਾ ਜਿਹੜਾ ਬੀ ਹੋਲਡਰ ਦਾ ਹੈਗਾ। ਸੋ ਇਹਨਾਂ ਨੂੰ ਈ ਐਲ ਡੀ ਤੋਂ ਰਾਹਤ ਮਿਲੀ ਆ, ਇਹਨਾਂ ਨੂੰ ਇਨਡੈਫੀਨੇਟਲੀ ਅਨਟਿਲ ਫਰਦਰ ਨੋਟਿਸ ਇਹ ਪੇਪਰ ਲੌਗ ਯੂਜ ਕਰਨਗੇ। ਸੋ ਇਹਨਾਂ ਦੇ ਜਿਹੜੀ ਇੱਕ ਟਾਈਮ ਦੀ ਲਿਮਿਟ ਸੀਗੀ ਉਹ ਖਤਮ ਕਰ ਦਿੱਤੀ ਗਈ ਹੈ। ਸੋ ਇਹਨਾਂ ਨੂੰ ਇਨਡੈਫੀਨੇਟਲੀ ਅਨਲਿਮਿਟਿਡ ਜਿਹੜਾ ਟਾਈਮ ਹੈਗਾ ਇਹਨਾਂ ਦੇ ਕੋਲ ਅਨਟਿਲ ਫਰਦਰ ਨੋਟਿਸ, ਸੋ ਜਿੰਨਾ ਚਿਰ ਤੱਕ ਅਗਲਾ ਨੋਟਿਸ ਨਹੀਂ ਆਉਂਦਾ ਉਨੀ ਦੇਰ ਤੱਕ ਜਿਹੜਾ ਇਹ ਪੇਪਰ ਲੌਗ ਜਿਹੜੀ ਆ ਉਹ ਯੂਜ ਕਰਨਗੇ ਜੀ। ਅਤੇ ਬਿਲਕੁਲ ਜਿਹੜੀ ਅਗਲੀ ਖਬਰ ਆ ਜਿਹੜੇ ਆਪਾਂ ਸਾਂਝੇ ਕਰਦੇ ਜਾਈਏ, ਟਰੱਕ ਅਤੇ ਟ੍ਰੇਲਰ ਸੇਲਸ ਕਹਿੰਦੇ ਵੀ ਬਹੁਤ ਨਵੇਂ ਰੈਕਰਡ ਸੈਟਅਪ ਕਰ ਰਹੇ ਹੈਗੇ ਆ। ਬਿਲਕੁਲ ਜੀ, ਇਸ ਸਾਲ ਦੇ ਵਿੱਚ ਜਿਹੜੇ ਟਰੱਕ ਤੇ ਟ੍ਰੇਲਰ ਹੈਗੇ ਆ ਉਹ ਉਹਨਾਂ ਦੀ ਜਿਹੜੀ ਸੇਲਸ ਹੈਗੀਆਂ ਬਿਲਕੁਲ ਨਵੇਂ ਰੈਕਰਡ ਉਹਨਾਂ ਨੇ ਸੈਟਅਪ ਕੀਤੇ ਹੈਗੇ ਆ, ਤੇ ਜਿਹਦੇ ਵਿੱਚ ਕਿ ਆਪਣੀਆਂ ਜਿਹੜੀਆਂ ਟਰੱਕਿੰਗ ਕੰਪਨੀਜ਼ ਹੈਗੀਆਂ ਉਹ ਵੀ ਕਾਫੀ ਵੱਡਾ ਰੋਲ ਅਦਾ ਕਰ ਰਹੀਆਂ, ਤੇ ਜਿੰਨੀਆਂ ਵੀ ਟਰੱਕਿੰਗ ਕੰਪਨੀਜ਼ ਇਸ ਵੇਲੇ ਐਕਸਪੈਂਡ ਕਰ ਰਹੀਆਂ, ਜਿੰਨੀਆਂ ਵੀ ਟਰੱਕਿੰਗ ਕੰਪਨੀਜ਼ ਇਸ ਵੇਲੇ ਆ ਰਹੀਆਂ ਤੇ ਕਾਫੀ ਜਿਹੜਾ ਆਰਡਰ ਹੈਗੇ ਆ ਆਪਣੀਆਂ ਪੰਜਾਬੀ ਟਰੱਕਿੰਗ ਕੰਪਨੀਆਂ ਵੱਲੋਂ ਵੀ ਹੈਗੇ ਆ, ਪਰ ਓਵਰਆਲ ਜਿਹੜੇ ਟਰੱਕ ਤੇ ਟ੍ਰੇਲਰ ਹੈਗੇ ਆ ਇਸ ਵੇਲੇ
ਆਪਣੀ ਵੈਲੀ ਦੇ ਵਿੱਚ ਇਹ ਹਾਲਤ ਹੈਗੀ ਆ। ਰਾਤੀ ਵੀ ਸਾਡੀ ਗੱਲ ਹੋ ਰਹੀ ਸੀਗੀ ਟ੍ਰੇਲਰ ਡੀਲਰਸ਼ਿਪ ਦੇ ਨਾਲ, ਤੇ ਉਹਨਾਂ ਨੇ ਇਹ ਗੱਲ ਕੀਤੀ ਕਿ ਜਿੰਨਾ ਵੀ ਨਾਕੀ ਲੈਂਦੇ ਆ ਇਸ ਵੇਲੇ ਟਰੱਕ ਟ੍ਰੇਲਰ ਸੇਲਸ ਹੈਗੇ ਆ, ਨੈਕਸਟ ਈਅਰ ਦੇ ਲਈ ਉਹਨਾਂ ਦੇ ਕੋਲ ਟ੍ਰੇਲਰ ਨਹੀਂ ਹੈਗਾ। ਸੋ ਬੜੀ ਹੈਰਾਨੀ ਵਾਲੀ ਗੱਲ ਹੈਗੀ ਇਸ ਵੇਲੇ ਕਿ ਨੈਕਸਟ ਈਅਰ ਵਾਸਤੇ ਪੂਰੇ ਵਾਸਤੇ ਕੋਈ ਵੀ ਟ੍ਰੇਲਰ ਉਹਨਾਂ ਦੇ ਕੋਲ ਸੇਲ 'ਤੇ ਨਹੀਂ ਹੈਗਾ। ਸੋ ਜਿੰਨੇ ਵੀ ਟ੍ਰੇਲਰ ਹੈਗੇ ਉਹਨਾਂ ਦੇ ਅਗਲੇ ਸਾਲ ਬਣ ਕੇ ਆਉਣੇ ਆ ਉਹ ਸਾਰੇ ਸੋਲਡ ਆਊਟ ਹੋ ਚੁੱਕੇ ਨੇ। ਇੱਦਾਂ ਹੀ ਟਰੱਕਾਂ ਦੀ ਹੈਗੀ ਆ, ਟਰੱਕਾਂ ਦੇ ਡੀਲਰਸ ਨਾਲ ਵੀ ਗੱਲ ਹੁੰਦੀ ਆ, ਉਹ ਵੀ ਉਹਨਾਂ ਦਾ ਵੀ ਸੇਮ ਹੀ ਆਨਸਰ ਹੈਗਾ। ਸੋ ਜਿੰਨੇ ਵੀ ਅਗਲੇ ਸਾਲ ਟਰੱਕ ਬਣਨੇ ਹੈਗੇ ਆ, ਜਿੰਨੇ ਵੀ ਮੈਨੂਫੈਕਚਰ ਹੋਣੇ ਆ, ਉਹ ਪ੍ਰੀ ਸੋਲਡ ਹੋ ਚੁੱਕੇ ਆ ਸਾਰੇ। ਸੋ ਜੇ ਇੱਧਰਲੇ ਪਾਸੇ ਦੇਖਿਆ ਜਾਵੇ ਤਾਂ ਇੰਡਸਟਰੀ ਜਿਹੜੀ ਆ ਉਹ ਬੜੀ ਤਰੱਕੀ 'ਤੇ ਹੈਗੀ ਆ, ਇਸ ਵੇਲੇ ਬੜੀ ਵਧੀਆ ਜਾ ਰਹੀ ਹੈਗੀ ਆ। ਪਰ ਜੇ ਆਪਾਂ ਇਹਨੂੰ ਦੇਖਿਆ ਜਾਵੇ ਵੀ ਆਪਣੇ ਕੰਮ ਦੇ ਲਈ, ਤੇ ਕੰਮ ਦੇ ਲਈ ਡੈਫੀਨੇਟਲੀ ਮੈਂ ਪਿਛਲਾ ਇੱਕ ਡੇਢ ਵੀਕ ਜਿਹੜਾ ਹੈਗਾ ਹੁਣ ਮੈਂ ਟਰੱਕਿੰਗ ਕੰਪਨੀਆਂ ਨਾਲ ਗੱਲਬਾਤ ਜਿਹੜੀ ਹੋਈ ਆ ਉਹਦੇ ਵਿੱਚ ਇਹੋ ਹੀ ਪਤਾ ਲੱਗਾ ਕਿ ਜਿਹੜੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਉਹ ਕਾਫੀ ਸਟਰਗਲ ਕਰ ਰਹੀਆਂ ਇਸ 2 ਹਫ਼ਤਿਆਂ ਤੋਂ। ਜਿਹੜੇ ਲੋਡਸ ਹੈਗੇ ਆ ਬਹੁਤ ਘੱਟ ਗਏ ਹੈਗੇ ਆ, ਔਰ ਡੈਫੀਨੇਟਲੀ ਕੈਲੀਫੋਰਨੀਆ ਦੇ ਵਿੱਚੋਂ ਤਾਂ ਲੋਡ ਘਟੇ ਹੀ ਘਟੇ ਆ, ਲੇਕਿਨ ਜਿਹੜੀ ਬੈਕ ਹੌਲ ਹੈਗੀ ਆ, ਜਿਹੜੀ ਵਾਪਸ ਲਿਆਉਣ ਵਾਲੇ ਲੋਡ ਆ, ਉਹਨਾਂ ਦੀ ਵੀ ਕਾਫੀ ਜਿਹੜੀ ਮੰਦੀ ਚੱਲ ਰਹੀ ਹੈਗੀ ਆ। ਸੋ ਪਿਛਲੇ 1.5-2 ਹਫ਼ਤਿਆਂ ਦੇ ਵਿੱਚ ਜਿਹੜੀ ਮਾਰਕੀਟ ਹੈਗੀ ਆ ਟਰੱਕਿੰਗ ਦੀ, ਅਨਐਕਸਪੈਕਟਡਲੀ ਇੱਕਦਮ ਸਲੋ ਹੋ ਗਈ ਆ। ਇਹਦੇ ਵਿੱਚ ਦੋ ਕੁ ਗੱਲਾਂ ਦਾ ਜਿਹੜਾ ਇਹ, ਇੱਕ ਤਾਂ ਗੱਲ ਮੇਨ ਜਿਹੜੀ ਹੈਗੀ ਆ ਕਿ ਜਿਹੜਾ ਇੱਕ ਚਾਈਨਾ ਦੇ ਨਾਲ ਟ੍ਰੇਡ ਵਾਰ ਚੱਲ ਰਹੀ ਸੀਗੀ, ਉਹਦੇ ਵਿੱਚ ਜਿਹੜਾ ਇੱਕ ਹੋਲਡ ਅਪ ਆਇਆ ਕਿ ਇਸ ਵੇਲੇ, ਕਿਉਂਕਿ ਪਿਛਲੇ 3-4 ਮਹੀਨਿਆਂ ਦੇ ਵਿੱਚ ਜਦੋਂ ਇਹ ਬੜੀ ਇੱਕ ਮਤਲਬ ਕਿ ਕੁਐਸਚਨ ਬਹੁਤ ਵੱਡਾ ਸੀਗਾ ਕਿ ਕੀ ਬਣਨਾ ਕੀ ਹੋਣਾ, ਤੇ ਬਹੁਤ ਜਿਹੜੇ ਰੀਟੇਲਰ ਸੀਗੇ ਬਹੁਤ ਜਿਹੜੇ ਸੀਗੇ ਉਹਨਾਂ ਨੇ ਜਿਹੜਾ ਸਮਾਨ ਬਹੁਤ ਜਲਦੀ ਜਲਦੀ ਬਹੁਤ ਜ਼ਿਆਦਾ ਆਰਡਰ ਕਰਨਾ ਸ਼ੁਰੂ ਕਰਤਾ ਸੀਗਾ, ਤਾਂ ਕਿ ਉਸ ਜਿਹੜੀ ਲਾਗੂ ਹੋਣੀ ਆ 1 ਜਨਵਰੀ ਤੋਂ ਜਿਹੜਾ 25% ਦੀ ਲਾਗੂ ਹੋਣੀ ਸੀ, ਉਸ ਤੋਂ ਪਹਿਲਾਂ ਅਸੀਂ ਜਿਹੜਾ ਸਮਾਨ ਮੰਗਾ ਲਈਏ, ਤਾਂ ਕਿ ਅਸੀਂ ਉਸ ਟ੍ਰੇਡ ਵਾਰ ਦੇ ਵਿੱਚੋਂ ਥੋੜ੍ਹਾ ਜਿਹਾ ਫਾਇਦਾ ਕੱਢ ਲਈਏ, ਥੋੜ੍ਹਾ ਜਿਹਾ ਫਾਇਦਾ ਚੱਕ ਲਈਏ। ਪਰ ਉਹ ਹੋਇਆ ਇੱਦਾਂ ਕਿ ਹੁਣ ਜਿਹੜੀ ਲੇਟੈਸਟ ਜਿਹੜੀ ਉਹਨਾਂ ਦੀ ਗੱਲਬਾਤ ਚੱਲੀ ਆ, ਤੇ ਉਹਦੇ ਵਿੱਚ ਉਹ 25% ਜਿਹੜਾ ਹੈਗਾ ਟੈਰਿਫ ਹੈਗਾ ਉਹ ਹੋਲਡ ਕਰ ਲਿਆ ਗਿਆ 1 ਜਨਵਰੀ ਨੂੰ। ਸੋ ਉਹ ਅਜੇ ਨਹੀਂ ਲੱਗੂਗਾ, ਅਨਡੈਫੀਨੇਟਲੀ ਉਹ ਨਹੀਂ ਲੱਗੂ। ਸੋ ਉਹਦੇ ਕਰਕੇ ਵੀ ਜਿਹੜੀ ਮਾਰਕੀਟ ਹੈਗੀ ਉਹ ਇੱਕਦਮ, ਜਿਹਨਾਂ ਨੇ ਬਹੁਤ ਜ਼ਿਆਦਾ ਆਰਡਰ ਕਰ ਲਿਆ ਸੀ ਬਹੁਤ ਜ਼ਿਆਦਾ, ਮਾਰਕੀਟ ਇੱਕਦਮ ਵਧ ਗਈ ਸੀ, ਉਹ ਥੋੜ੍ਹਾ ਸਲੋ ਡਾਊਨ ਹੋਇਆ, ਸ਼ਾਇਦ ਉਹਦਾ ਫਰਕ ਹੈਗਾ, ਸ਼ਾਇਦ ਉਹਦਾ ਅਸਰ ਪਿਆ ਹੈਗਾ ਕਿ ਉਹਦੇ ਵਿੱਚ ਟਰੱਕਿੰਗ। ਪਰ ਅਨਐਕਸਪੈਕਟਡਲੀ ਪਿਛਲੇ 2 ਹਫ਼ਤਿਆਂ ਦੇ ਵਿੱਚ ਜਿਹੜੀ ਟਰੱਕਿੰਗ ਇੰਡਸਟਰੀ ਹੈਗੀ ਆ ਉਹ ਬਹੁਤ ਜ਼ਿਆਦਾ ਜਿਹੜੀ ਸਲੋ ਡਾਊਨ ਹੋਈ ਆ, ਤੇ ਪਰ ਜਿਹੜੇ ਆਰਡਰ ਹੈਗੇ ਟਰੱਕਾਂ ਦੇ ਉਹ ਕੁਛ ਡਿਫਰੈਂਟਲੀ ਕਹਾਣੀ ਬਿਆਨ ਕਰਦੇ ਆ ਇਸ ਵੇਲੇ ਜੀ। ਸੋ ਬਿਲਕੁਲ, ਆਪਾਂ ਕੱਲ੍ਹ ਇੱਕ ਖਬਰ ਵੀ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਵੀ ਨਿਊ ਜਰਸੀ ਦੇ ਵਿੱਚ ਇੱਕ ਟਰੱਕ ਜਿਹੜਾ ਆ ਉਹ ਪੈਸੇ ਲੈ ਕੇ ਜਾ ਰਿਹਾ ਸੀ, 3 ਲੱਖ ਦੇ ਕਰੀਬ ਕਹਿੰਦੇ ਹਾਈਵੇ ਦੇ ਉੱਤੇ ਉਹ ਉਹਦਾ ਐਕਸੀਡੈਂਟ ਹੋ ਗਿਆ, ਅਤੇ ਡਾਲਰ ਜਿਹੜੇ ਉੱਡਦੇ ਰਹੇ ਅਤੇ ਲੋਕ ਜਿਹੜੇ ਆ ਕਾਰਾਂ ਖੜ ਖੜ ਕੇ ਪੈਸੇ ਚੱਕਦੇ ਰਹੇ। ਸੋ ਲਗਭਗ ਕਹਿੰਦੇ ਤਿੰਨ ਲੱਖ ਡਾਲਰ ਜਿਹੜਾ ਉਹਨਾਂ ਦਾ ਮਿਸਿੰਗ ਹੋਇਆ। ਅਤੇ ਰਮਨ ਜੀ, ਸਾਡਾ ਟਾਈਮ ਵੀ ਹੋਣ ਵਾਲਾ, ਜਾਂਦੇ ਜਾਂਦੇ ਜਿੰਨੇ ਵੀ ਸਾਰੇ ਟਰੱਕਰ ਵੀਰਸ ਆ, ਕਿਉਂਕਿ ਜਿਹੜਾ ਵੈਦਰ ਆ ਅੱਜ ਕੱਲ੍ਹ USA ਦੇ ਵਿੱਚ ਬਹੁਤ ਡਿਫਰੈਂਟ ਆ, ਈਸਟ ਦੇ ਵਿੱਚ ਸਨੋਅ ਬਹੁਤ ਪੈ ਰਹੀ ਆ, ਉਹਨਾਂ ਨੂੰ ਕੁਛ ਕੁ ਜਿਹੜੀਆਂ ਸੇਫਟੀ ਟਿਪਸ ਜ਼ਰੂਰ ਤੁਸੀਂ ਸਾਂਝੀਆਂ ਕਰਦੇ ਜਾਓ, ਕਿਉਂਕਿ ਬਹੁਤ ਸਾਰੇ ਆਪਣੇ ਜਿਹੜੇ ਟਰੱਕਰਸ ਆ ਨਵੇਂ ਹੈਗੇ ਆ, ਉਹਨਾਂ ਨੂੰ ਪਤਾ ਨਹੀਂ ਹੁੰਦਾ ਜਦੋਂ ਸਨੋਅ ਏਰੀਏ 'ਚ ਜਾਂਦੇ ਆ ਜਾਂ ਜਿੱਥੇ ਫਲੱਡਿੰਗ ਵਾਲਾ ਏਰੀਆ ਜਾਂ ਜਿੱਥੇ ਮੀਂਹ ਬਹੁਤ ਜ਼ਿਆਦਾ ਪੈਂਦਾ, ਉਹਨਾਂ ਨੂੰ ਕੀ ਧਿਆਨ ਰੱਖਣਾ ਚਾਹੀਦਾ? ਭਾਜੀ, ਸਾਰਿਆਂ ਨਾਲੋਂ ਤਾਂ ਜਿਹੜਾ ਇੱਕ ਮੇਨ ਚੀਜ਼ ਹੈਗੀ ਆ ਜਿਹਦਾ ਧਿਆਨ ਰੱਖਣ ਦੀ ਲੋੜ ਹੈਗੀ ਆ ਇਸ ਵੇਲੇ ਜਦੋਂ ਤੁਸੀਂ ਇਸ ਵੈਦਰ ਦੇ ਵਿੱਚ ਟਰੈਵਲ ਕਰਦੇ ਆ, ਕਿ ਜੇ ਇਹ ਨੈਸੈਸਰੀ ਨਹੀਂ ਹੈਗਾ, ਜੇ ਜ਼ਰੂਰੀ ਨਹੀਂ ਹੈਗਾ ਤੇ ਤੁਹਾਡਾ ਵੈਦਰ ਪਰਮਿਟ ਨਹੀਂ ਕਰਦਾ, ਪਲੀਜ਼ ਪੁੱਲ ਓਵਰ ਤੇ ਰੈਂਟ, ਠੀਕ ਆ ਜੀ। ਸਾਰਿਆਂ ਨਾਲੋਂ ਵੱਡਾ ਪ੍ਰੀਕੋਸ਼ਨ ਜਿਹੜਾ ਆ ਕਿ, ਔਰ ਇਹ ਇਹ ਜੇ ਕੋਈ ਇਹਦੇ ਅਗੇਂਸਟ ਇਹ ਗੱਲ ਕਹਿੰਦਾ ਕਿ ਨਹੀਂ ਨਹੀਂ ਮੇਰਾ ਬ੍ਰੋਕਰ ਕਹਿੰਦਾ ਯੇ ਆ, ਮੇਰਾ ਬ੍ਰੋਕਰ ਕਹਿੰਦਾ ਡਿਲੀਵਰ ਕਰਨਾ ਹੀ ਕਰਨਾ, ਫੋਰਗੇਟ ਅਬਾਊਟ ਇਟ ਜੀ। ਕੋਈ ਵੀ ਬ੍ਰੋਕਰ, ਕੋਈ ਵੀ ਸ਼ਿਪਰ ਤੁਹਾਨੂੰ ਸੇਫਟੀ ਦੇ ਅਗੇਂਸਟ ਕੋਈ ਵੀ ਪੁਸ਼ ਕਰਦਾ ਹੈ ਉਹ ਕ੍ਰਿਮੀਨਲ ਐਕਟੀਵਿਟੀ ਆ, ਤੁਸੀਂ ਰਿਪੋਰਟ ਕਰ ਸਕਦੇ ਹੋ, ਪਰ ਤੁਹਾਨੂੰ ਕੋਈ ਵੀ ਪੁਸ਼ ਨਹੀਂ ਕਰ ਸਕਦਾ। ਜੇ ਤੁਹਾਡਾ ਸੇਫਟੀ ਇੱਕ ਇਸ਼ੂ ਹੈਗਾ ਤੇ ਜੇ ਤੁਸੀਂ ਡਰਾਈਵ ਤੁਹਾਡੀ ਕਰਦੇ ਆ ਤੁਸੀਂ ਸੇਫ ਨਹੀਂ ਗੇ, ਤੁਹਾਨੂੰ ਪੂਰਾ ਹੱਕ ਆ, ਤੁਸੀਂ ਪੁੱਲ ਆਊਟ ਕਰਕੇ ਤੁਸੀਂ ਆਪਣਾ ਰੈਸਟ ਕਰੋ। ਜਿੰਨੀ ਦੇਰ ਤੱਕ ਜਿਹੜਾ ਸੜਕ ਆ, ਜਿੰਨੀ ਦੇਰ ਤੱਕ ਵੈਦਰ ਆ ਤੁਹਾਨੂੰ ਪਰਮਿਟ ਨਹੀਂ ਕਰਦਾ ਟੂ ਬੀ ਸੇਫਲੀ ਡਰਾਈਵਿੰਗ,
ਉਨੀ ਦੇਰ ਤੱਕ ਤੁਸੀਂ ਡਰਾਈਵ ਨਾ ਕਰੋ। ਇਹ ਸਾਰਿਆਂ ਨਾਲੋਂ ਵੱਡੀ ਸੇਫਟੀ ਹੈ ਕਿ ਇਹ ਇਹ ਬਹੁਤ ਜਿਹੜਾ ਇਸ ਵੇਲੇ ਇਸ਼ੂ ਇਹ ਹੁੰਦਾ ਭਾਜੀ ਕਿ ਅਸੀਂ ਜਦੋਂ ਵੈਦਰ ਖਰਾਬ ਹੁੰਦਾ ਤੇ ਜਿਹੜਾ ਟਰੱਕਰ ਹੈਗਾ ਰੋਡ ਦੇ ਉੱਤੇ ਉਹ ਅਸੀਂ ਵੀ ਕੀਤਾ ਸਾਡੇ ਕੋਲੋਂ ਵੀ ਚੀਜ਼ਾਂ ਜਿਹੜੀਆਂ ਅਸੀਂ ਵੀ ਨਿਕਲੇ ਉਹਨਾਂ ਦੇ ਵਿੱਚੋਂ ਕਿ ਬੰਦਾ ਇਹ ਕਹਿੰਦਾ ਕੋਈ ਗੱਲ ਨੀ ਜਿੰਨੇ ਚਿਰ ਨੂੰ ਆਹ ਹੋਣਾ ਮੈਂ ਆਹ ਸਟੇਟ ਪਾਰ ਕਰ ਦੇਣੀ ਹੈ ਮੈਂ ਇੰਨਾ ਲੰਘ ਜਾਣਾ ਕੋਈ ਗੱਲ ਨੀ ਉਨੇ ਚਿਰ ਲੰਘ ਜਾਣਾ। ਪਰ ਵੈਦਰ ਜਿਹੜਾ ਹੈ ਨਾ ਵੈਦਰ ਆਪਣੇ ਕੰਟਰੀ ਦੇ ਵਿੱਚ ਖਾਸੀਅਤ ਹੈ ਕਈ ਜਗ੍ਹਾ ਤੇ ਵੈਦਰ ਜਿਹੜਾ ਬਦਲਣ ਲੱਗਿਆ ਸਕਿੰਟ ਨੀ ਲਾਉਂਦਾ ਔਰ ਬੰਦਾ ਜਿਹੜਾ ਆ ਉਹ ਮੁੜ ਕੇ ਫਸਿਆ ਵਿੱਚ ਜਿਹੜਾ ਆ ਉਹ ਪ੍ਰੋਬਲਮ ਚ ਆ ਜਾਂਦਾ ਆ। ਸੋ ਦੂਸਰੀ ਗੱਲ ਇਹ ਆ ਕਿ ਆਪਣੀ ਜਿਹੜੀ ਵੀ ਸਟੇਟ ਦੇ ਵਿੱਚ ਤੁਸੀਂ ਡਰਾਈਵ ਕਰਦੇ ਹੈਗੇ ਆ ਇਸ ਵੇਲੇ ਮੇਕ ਸ਼ੋਰ ਉਹ ਸਟੇਟ ਦੀਆਂ ਚੇਨ ਰਿਕੁਆਇਰਮੈਂਟਸ ਜਿਹੜੀਆਂ ਉਹ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ। ਜੇ ਸਟੇਟ ਦੇ ਵਿੱਚ ਤੁਸੀਂ ਡਰਾਈਵ ਕਰ ਰਹੇ ਆ ਡਜ਼ਨਟ ਮੈਟਰ ਤੁਹਾਡੇ ਉਸ ਸਟੇਟ ਦੇ ਵਿੱਚ ਵੈਦਰ ਖਰਾਬ ਹੈਗਾ ਜਾਂ ਨਹੀਂ ਹੈਗਾ, ਠੀਕ ਆ ਜੀ, ਪਰ ਤੁਹਾਨੂੰ ਚੇਨ ਜਿਹੜੀਆਂ ਉਹ ਕੈਰੀ ਕਰਨੀਆਂ ਜੇ ਜ਼ਰੂਰੀ ਆ ਲਾਜ਼ਮੀ ਆ ਤੇ ਉਹ ਚੇਨ ਜਿਹੜੀਆਂ ਉਹ ਡੈਫੀਨੇਟਲੀ ਜ਼ਰੂਰ ਕੈਰੀ ਕਰੋ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਜੀ ਜੇ ਚੇਨ ਕੈਰੀ ਕਰਨੀ ਆ ਤੇ ਇਹ ਵੀ ਜ਼ਰੂਰ ਜਿਹੜਾ ਆ ਦਿਮਾਗ 'ਚ ਰੱਖੋ ਵੀ ਚੇਨ ਪਾਉਣੀ ਨਹੀਂ ਆਉਣੀ ਚਾਹੀਦੀ ਆ ਟਾਇਰ ਨੂੰ। ਕਈ ਵਾਰੀ ਬਹੁਤ ਇਹ ਟਾਈਮ 'ਤੇ ਦੇਖਿਆ ਕਿ ਜਿਹੜੀਆਂ ਚੇਨਸ ਕੈਰੀ ਜ਼ਰੂਰ ਕਰਦੇ ਆ ਪਰ ਲੇਕਿਨ ਚੇਨਸ ਨੂੰ ਇੰਸਟਾਲ ਕਰਨਾ, ਚੇਨ ਨੂੰ ਪਾਉਣਾ, ਕਿਹੜੇ ਟਾਇਰ 'ਤੇ ਪਾਉਣਾ, ਕਿਹੜੀ ਕਨਫਿਗਰ ਦੇ ਵਿੱਚ ਪਾਉਣਾ, ਕੀ ਕਨਫਿਗਰੇਸ਼ਨ ਵੀ ਚਾਹੀਦੀ ਆ ਤੁਹਾਨੂੰ ਟਾਇਰਾਂ ਦੀ। ਵੀ ਇਹ ਨਹੀਂ ਜ਼ਰੂਰੀ ਵੀ ਸਾਰਿਆਂ ਟਾਇਰਾਂ 'ਤੇ ਪਾ ਦਿਓ ਜਾਂ ਵਿੱਚੋਂ ਇਹ 'ਤੇ ਪਾ ਦਿਓ, ਅਤੇ ਇਹ ਵੀ ਤੁਸੀਂ ਧਿਆਨ ਰੱਖਣਾ ਵੀ ਤੁਸੀਂ ਕਿਹੜੇ ਟਾਇਰ 'ਤੇ ਪਾਉਣੀ ਆ, ਕਿਹੜੇ 'ਤੇ ਨਹੀਂ ਪਾਉਣੀ, ਕਿੱਦਾਂ ਕਿਹੜੇ ਕਿੱਦਾਂ ਕਨਫਿਗਰ ਕਰਨਾ। ਸੋ ਕੋਸ਼ਿਸ਼ ਕਰੋ ਵੀ ਜਦੋਂ ਤੁਸੀਂ ਯਾਰਡ 'ਚ ਆਉਂਦੇ ਆ ਸਿਆਲ ਸਾਲ ਦੇ ਵਿੱਚ ਇੱਕ ਵਾਰੀ ਟਾਈਮ ਕੱਢ ਕੇ ਆਪਣੀਆਂ ਚੇਨ ਜਿਹੜੀਆਂ ਉਹਨਾਂ ਨੂੰ ਸਾਫ਼ ਕਰੋ, ਕੱਢੋ ਬਾਹਰ ਤਾਂ ਕਿ ਇਹ ਦੇਖੋ ਕਿ ਉਹਦੇ ਵਿੱਚ ਸਾਰੇ ਪਾਰਟਸ ਜਿਹੜੇ ਆ ਉਹ ਤੁਹਾਡੇ ਮੌਜੂਦ ਆ, ਤੁਹਾਡੇ ਹਰ ਇੱਕ ਚੀਜ਼ ਉਹਦੇ ਤੁਹਾਡੇ ਬੈਗ 'ਚ ਵਿੱਚ ਹੈਗੀ ਆ। ਤੇ ਕਿਉਂਕਿ ਰੋਡ ਦੇ ਉੱਤੇ ਜਾ ਕੇ ਤੁਹਾਨੂੰ ਪਤਾ ਲੱਗੇ ਕਿ ਤੁਹਾਡੀ ਜਿਹੜੀ ਆ ਇੱਕ ਚੀਜ਼ ਵਿੱਚ ਅਵੇਲੇਬਲ ਨਹੀਂ ਹੈਗੀ ਤੇ ਉਹਦੇ ਲਈ ਤੁਹਾਡੀ ਚੇਨ ਨਹੀਂ ਚੜ ਸਕਦੀ ਤੇ ਬੜਾ ਔਖਾ ਹੋ ਜਾਊਗਾ, ਬੜਾ ਟਫ ਹੋ ਜਾਊਗਾ ਜੀ, ਬਿਲਕੁਲ। ਸੋ ਕਹਿੰਦੇ ਪਈ ਜਿਹੜੀ ਆਈਸ ਤੇ ਸਨੋ ਆ ਉਹ ਆਪਣੀ ਕਾਰਾਂ ਤੋਂ ਜ਼ਰੂਰ ਮੂਵ ਕਰੋ, ਉਹਦਾ ਧਿਆਨ ਰੱਖੋ। ਇੱਕ ਈਵਨ ਰਮਨ ਜੀ ਆਪਾਂ ਜੇ ਸੀਟ ਬੈਲਟ ਦੀ ਗੱਲ ਕਰਦੇ ਜਾਈਏ ਤੇ ਕਈਆਂ ਨੇ ਕਹਿਣਾ ਲੈ ਯਾਰ ਇਹ ਕਿਹੜੀ ਗੱਲ ਆ, 2 ਵੀਕ ਹੋਏ ਆ ਇੱਥੇ ਬੇ ਏਰੀਏ ਦੇ ਵਿੱਚ ਆਪਣਾ ਟਰੱਕਰ ਵੀਰ 26 ਸਾਲਾਂ ਦਾ ਨੌਜਵਾਨ ਸੀ ਟਰੱਕ ਲੈ ਕੇ ਆ ਰਿਹਾ, ਸੀਟ ਬੈਲਟ ਲਾਈ ਨਹੀਂ, ਐਕਸੀਡੈਂਟ ਹੋ ਗਿਆ ਤੇ ਉਹਦੀ ਡੈਥ ਹੋ ਗਈ। ਸੋ ਹਜੇ ਵੀ ਜਿਹੜੀ ਆ ਕੇਅਰਲੈਸਨੈਸ ਆਪਾਂ ਬਹੁਤ ਕਰਦੇ ਹਾਂ, ਇਹ ਜਿਹੜੀ ਧਿਆਨ ਰੱਖਣ ਯੋਗ ਗੱਲ ਆ। ਅਤੇ ਸਭ ਤੋਂ ਇੰਪੋਰਟੈਂਟ ਹੈਗਾ ਤੁਹਾਡਾ ਫੋਨ, ਪਲੀਜ਼ ਜਿਹੜਾ ਪਹਿਲਾਂ ਤਾਂ ਤੁਹਾਨੂੰ ਯੂਜ਼ ਹੀ ਨਹੀਂ ਕਰਨਾ ਚਾਹੀਦਾ ਜਦੋਂ ਤੁਸੀਂ ਡਰਾਈਵ ਕਰਦੇ ਹਾਂ, ਅਤੇ ਫੇਸਬੁੱਕ ਅਤੇ ਫੋਨ, ਅਤੇ ਈਵਨ ਜਿਹੜੀਆਂ ਸਾਡੀਆਂ ਭੈਣਾਂ ਮਗਰ ਵੀ ਹੈਗੀਆਂ ਜਿਨ੍ਹਾਂ ਦੇ ਭਰਾ ਜਾਂ ਹਸਬੈਂਡ ਟਰੱਕ ਚਲਾ ਰਹੇ ਆ, ਵਾਰ ਵਾਰ ਉਹਨਾਂ ਨੂੰ ਫੋਨ ਨਾ ਕਰੋ, ਤੁਹਾਨੂੰ ਆਈਡੀਆ ਹੁੰਦਾ ਕਿੱਥੇ ਕੁ ਜਾ ਕੇ ਉਹਨਾਂ ਨੇ ਰੁਕਣਾ ਆ, ਟਰੱਕ ਸਟੋਪ ਆ ਜਾਂ ਰੈਸਟ ਪਲੇਸ ਹੈਗੀ ਆ, ਉਸੇ ਟਾਈਮ ਫੋਨ ਕਰੋ। ਫੋਨ ਜਿਹੜਾ ਆ ਇੱਦਾਂ ਦੇ ਵੈਦਰ ਦੇ ਵਿੱਚ ਘੱਟ ਵਰਤੋ। ਅਤੇ ਦੂਸਰਾ ਕੀ ਆ, ਕ੍ਰਿਸਮਿਸ ਸੀਜ਼ਨ ਆ, ਟ੍ਰੈਫਿਕ ਅੱਜ ਕੱਲ੍ਹ ਬਹੁਤ ਜ਼ਿਆਦਾ ਹੈਗਾ, ਕਾਰਾਂ ਬਹੁਤ ਜ਼ਿਆਦਾ ਰੋਡ 'ਤੇ, ਉਹ ਬਹੁਤ ਧਿਆਨ ਰੱਖਣ ਯੋਗ ਗੱਲ ਆ, ਕਿਉਂਕਿ ਆਪ ਤਾਂ ਬੰਦੇ ਨੇ ਸੱਟ ਖਾਣੀ ਆ, ਹੋਰਨਾਂ ਨੂੰ ਵੀ ਜਿਹੜੀ ਆ ਫਿਰ ਸੱਟ ਮਾਰੂਗਾ ਜੀ। ਬਿਲਕੁਲ ਭਾਜੀ, ਇਹਦੇ ਵਿੱਚ ਹਰਜੋਤ ਭਾਜੀ ਇੱਕ ਬੜੀ ਇੱਕ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਆ ਇਸ ਵੇਲੇ ਉਹ ਇਹ ਵੀ ਚੇਤੇ ਕਰਾਉਣ ਵਾਲੀ ਆ ਕਿ ਕਈ ਵਾਰੀ ਨਹੀਂ ਆਪਾਂ ਮੋਸਟਲੀ ਦੇਖਿਆ ਕਿ ਆਪਣੇ ਜਿਹੜੇ ਡਰਾਈਵਰ ਹੈਗੇ ਆ ਬੜੇ ਚਾਅ ਦੇ ਨਾਲ ਲਾਈਵ ਵੀਡੀਓ ਬਣਾ ਕੇ ਟਰੱਕ ਚਲਾਉਂਦੇ ਦੀ ਆਪਣੇ ਫੇਸਬੁੱਕ 'ਤੇ ਪਾਉਂਦੇ ਹੈਗੇ ਆ, ਜਾਂ ਉਹਨਾਂ ਨੂੰ ਕਿਤੇ ਹੋਰ ਐਕਸੀਡੈਂਟ ਹੋਇਆ ਉਹ ਦੂਜੇ ਨੂੰ ਦਿਖਾਉਣ ਵਾਸਤੇ, ਦੂਜੀ ਦੁਨੀਆ ਨੂੰ ਆਗਾਹ ਕਰਨ ਵਾਸਤੇ ਤੁਸੀਂ ਡੈਫੀਨੇਟਲੀ ਚਲੋ ਨਿਊਜ਼ ਜਿਹੜੀ ਆ ਉਹ ਦੇਣੀ ਚਾਹੀਦੀ ਆ, ਦੱਸਣਾ ਚਾਹੀਦਾ। ਪਰ ਇਹਦਾ ਮਤਲਬ ਇਹ ਨਹੀਂ ਗਾ ਕਿ ਤੁਸੀਂ ਆਪਣੀ ਸੇਫਟੀ ਖਤਰੇ 'ਚ ਪਾ ਕੇ ਦੂਜਿਆਂ ਨੂੰ ਤੁਸੀਂ ਨਿਊਜ਼ ਦੱਸਦੇ ਫਿਰੋ, ਅਤੇ ਉਹਦੇ ਵਿੱਚ ਇਹ ਆ ਕਿ ਕੱਲ੍ਹ ਨੂੰ ਤੁਹਾਡਾ ਕੋਈ ਚਾਂਸ ਇੱਦਾਂ ਦਾ ਬਣਦਾ, ਤੁਹਾਡੀ ਕੋਈ ਇਸ਼ੂ ਇੱਦਾਂ ਦਾ ਬਣਦਾ, ਅਤੇ ਉਹ ਤੁਸੀਂ ਆਪਣਾ ਪਰੂਫ ਜਿਹੜਾ ਆਪਣਾ ਜਿਹੜਾ ਦੱਸਿਆ ਆ ਉੱਥੇ ਲਾਈਵ ਪਾ ਕੇ ਦੱਸਿਆ ਕਿ ਤੁਸੀਂ ਵੀ ਉਸ ਹਾਦਸੇ ਦੇ ਵਿੱਚ ਸ਼ਾਮਿਲ ਹੋਏ ਆ, ਤੁਸੀਂ ਵੀ ਉਹ 'ਚ ਕੰਟਰੀਬਿਊਟ ਕੀਤਾ। ਸੋ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਇਸ ਵੇਲੇ ਕਿ ਬਹੁਤ ਜਿਹੜੇ ਵੀਡੀਓਜ਼ ਹੈਗੇ ਆ, ਲੇਟਲੀ ਇੱਕ ਵੀਡੀਓ ਆਇਆ ਮੈਨੂੰ ਕਿ ਜਿਹਦੇ ਵਿੱਚ ਲਾਈਵ ਐਕਸੀਡੈਂਟ ਹੁੰਦਾ ਟਰੱਕ ਨੇ ਰਿਕਾਰਡ ਕੀਤਾ ਆ, ਔਰ ਉਹਦਾ ਜਿਹੜਾ ਰਿਕਾਰਡਿੰਗ ਆ ਉਹਦਾ ਫੇਸ ਆ ਜਿਹੜਾ ਉਹ ਟੋਟਲੀ 180 ਡਿਗਰੀ ਪਿਛਲੇ ਬੰਨੇ ਨੂੰ ਦੇਖ ਰਿਹਾ ਉਹ ਟਰੱਕ ਦੇ ਨੂੰ, ਜਦਕਿ ਟਰੱਕ ਉਹਦਾ ਫਰੰਟ ਨੂੰ ਜਾ ਰਿਹਾ ਹੈਗਾ। ਸੋ ਉਹ ਜਿਹੜੀਆਂ ਚੀਜ਼ਾਂ ਆ ਪਲੀਜ਼ ਉੱਦਾਂ ਦੀਆਂ ਚੀਜ਼ਾਂ ਨਾ ਕਰੋ, ਕਿਉਂਕਿ ਉੱਦਾਂ ਦੀਆਂ ਚੀਜ਼ਾਂ ਤੁਹਾਨੂੰ ਤੁਹਾਡੀ ਜਾਨ ਨੂੰ ਖਤਰੇ 'ਚ ਪਾ ਸਕਦੀਆਂ। ਕਿਉਂਕਿ ਤੁਸੀਂ ਦੇਖੋ ਬਹੁਤ ਲੋਕੀ ਜਿਹੜੇ ਇਸ ਵੇਲੇ ਆ ਨਾ ਉਹ ਜਿੱਥੇ ਮੌਜੂਦ ਹੁੰਦੇ ਆ ਜੀ ਉਹ ਉੱਥੋਂ ਦਾ
ਜਿਹੜਾ ਐਟਮੋਸਫੇਅਰ ਆ ਉੱਥੋਂ ਦਾ ਜਿਹੜਾ ਉਹ ਆਪਣੇ ਬਾਡੀ ਲਈ ਜਾਂ ਆਪਣੀਆਂ ਅੱਖਾਂ ਲਈ ਆਪਣੇ ਸਰੀਰ ਲਈ ਉਹ ਯੂਜ਼ ਨਹੀਂ ਕਰਦੇ, ਉਹ ਦੁਨੀਆਂ ਨੂੰ ਦਿਖਾ ਰਹੇ ਆ ਵੀ ਉੱਥੇ ਕੀ ਹੋ ਰਿਹਾ। ਦੁਨੀਆਂ ਦਾ ਮਤਲਬ ਵੱਧਦਾ ਆ, ਉਹਦੇ ਲਈ ਰਿਪੋਰਟਰਸ ਹੈਗੇ ਆ, ਬਹੁਤ ਕੁਛ ਹੈਗਾ ਆ। ਸੋ ਇੱਕ ਜਿਹੜਾ ਫੇਸਬੁੱਕ ਦੇ ਜੇ ਸਾਨੂੰ ਜਾਂ ਇਹ ਲਾਈਵ ਵੀਡੀਓਜ਼ ਨੇ ਸਾਨੂੰ ਥੋੜਾ ਜਿਹਾ ਇਨਫੋਰਮ ਵੀ ਵਧੀਆ ਕੀਤਾ, ਪਰ ਇਹਦੇ ਨਾਲ ਨਾਲ ਸਾਨੂੰ ਇੱਕ ਹੋਰ ਵੀ ਵੱਡੀ ਪ੍ਰੋਬਲਮ ਦੇ ਵਿੱਚ ਖੜੀ ਕਰ ਦਿੱਤਾ ਕਿ ਹਰ ਇੱਕ ਜਿਹੜਾ ਵੀਡੀਓ ਬਾਹਰ ਹੈਗਾ ਬਣਾਉਂਦਾ ਉਹ ਰਿਪੋਰਟਰ ਦੇ ਤੌਰ ਤੇ ਕੰਮ ਕਰਨ ਲੱਗ ਗਏ। ਬੜੀਆਂ ਚੀਜ਼ਾਂ ਦਾ ਬੈਨੀਫਿਟ ਵੀ ਹੁੰਦਾ ਆ, ਪਰ ਪਲੀਜ਼ ਆਪਣੇ ਆਪ ਨੂੰ ਖਤਰੇ 'ਚ ਪਾ ਕੇ ਦੂਜਿਆਂ ਨੂੰ ਇਨਫੋਰਮੇਸ਼ਨ ਦੇਣ ਦੀ ਜਿਹੜੀ ਆ ਉਹ ਗੱਲ ਨਾ ਕਰੋ, ਕਿਉਂਕਿ ਤੁਹਾਡੀ ਲਾਈਫ ਜਿਹੜੀ ਆ ਤੁਹਾਡੇ ਲਈ ਇੰਪੋਰਟੈਂਟ ਹੈਗੀ ਆ। ਸੋ ਪਲੀਜ਼ ਇਹ ਚੀਜ਼ ਜ਼ਰੂਰ ਮੈਂ ਆਪਣੇ ਰੇਡੀਓ ਦੇ ਮਾਧਿਅਮ ਨਾਲ ਕਹਿਣੀ ਚਾਹੁੰਦਾ ਕਿ ਜਿਹੜੇ ਲਾਈਵ ਵੀਡੀਓਜ਼ ਫੇਸਬੁੱਕ ਦੇ ਉੱਤੇ ਟਰੈਕਿੰਗ ਵਾਲੇ ਪੋਸਟ ਕਰਦੇ ਆ, ਪਲੀਜ਼ ਉਹਨਾਂ ਨੂੰ ਧਿਆਨ ਦਿਓ, ਉੱਦਾਂ ਨਾ ਕਰਿਆ ਕਰੋ, ਕਿਉਂਕਿ ਉਹ ਬਿਗ ਵਾਇਲੇਸ਼ਨ ਹੈਗੀ ਜੀ। ਸੋ ਬਿਲਕੁਲ, ਸਾਡਾ ਸਮਾਂ ਵੀ ਸਮਾਪਤ ਹੈ ਅਤੇ ਰਮਨ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ। ਸੋ ਸਰੋਤਿਓ, ਸਾਡਾ ਅੱਜ ਦਾ ਜਿਹੜਾ ਸਮਾਂ ਸਮਾਪਤ ਹੁੰਦਾ ਹੈ। ਸੋ ਸੈਚਰਡੇ ਨੂੰ ਜਿਹੜਾ ਸਾਡਾ ਸਪੈਸ਼ਲ ਪ੍ਰੋਗਰਾਮ ਟਰੈਕਿੰਗ ਇੰਡਸਟਰੀ ਦੇ ਉੱਤੇ ਹੁੰਦਾ ਹੈ। ਸੋ ਤੁਹਾਨੂੰ ਫਿਰ ਆਪਾਂ ਸੋਮਵਾਰ ਨੂੰ ਮਿਲਾਂਗੇ ਅਪਡੇਟ ਅਮੈਰੀਕਾ ਲੈ ਕੇ। ਸੋ ਇਹਦੇ ਨਾਲ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।